ਔਰ ਵੱਡੀ ਜ਼ਿੰਮੇਵਾਰੀ ਹੈ। ਫਰੰਦੀਪੁਰੀਆ ਗੋਪੀ ਦੁਨੀਆ ਦਾ ਮਹਾਲੀਆ ਪਰਬਤ ਹੈ। ਆਓ ਸਰਦਾਰ ਸਰਦੂਲ ਸਿੰਘ ਮੱਲੀ ਦੇ ਪੁੱਤ ਦੀ ਗੱਲ ਕਰ ਲਈ, ਪੰਜਾਬ ਦੀ ਧਰਤੀ ਤੇ ਨਹੀਂ, ਜਿੱਥੇ ਜਿੱਥੇ ਵੀ ਪੰਜਾਬੀ ਬੈਠੇ ਆ ਨਾ ਉੱਥੇ ਉੱਥੇ ਹੁੰਦੀ ਹੈ, ਮਾਣ ਹੈ। ਕਬੱਡੀ ਖੇਡ ਕੇ ਨਾ ਬਣੇ ਆ, ਆ ਕਬੱਡੀ ਖੇਡ ਕੇ ਨਾ ਬਣੇ ਆ। ਚੋਟੀ ਦਾ ਮੈਚ ਉੱਧਰ ਬੱਬਾ ਸੁਰ ਸਿੰਘ ਦੀ ਧਰਤੀ ਦਾ, ਉਹ ਵੀ ਖੜ ਗਿਆ ਚੈਨਲ ਦੇ ਵਿੱਚ ਮੇਰੇ ਵੀਰੋ, ਦੁਨੀਆ ਦੇ ਸਟਾਰ ਤੇ ਗਰਾਊਂਡ ਤੇ ਚੋਲਾ ਸਾਬਲਾ ਜੱਗੂ ਵੀ ਖੜ ਗਿਆ ਮੇਰੇ ਚੋਲਾ। ਇਧਰਲੇ ਪਾਸੇ ਨੌਜਵਾਨ ਜਿਹੜਾ ਦੌੜ ਲਾ ਰਿਹਾ ਸੀ ਉਹਨੇ ਲਗਭਗ 2.5 ਘੰਟਿਆਂ ਦੇ ਵਿੱਚ 32 ਕਿਲੋਮੀਟਰ ਪੈਂਡਾ ਤੈਅ ਕਰ ਲਿਆ। ਸਾਰੇ ਵੀਰਾਂ ਨੂੰ ਬੇਨਤੀ, ਪਹਿਲਾਂ ਤਾੜੀ ਮਾਰੋ ਫਿਰ ਜ਼ਰੂਰ ਮਾਣ ਸਨਮਾਨ ਕਰਿਓ। ਮੈਂ ਬੇਨਤੀ ਕਰਦੇ ਅੱਜ ਕਹਿੰਦਾ ਟਾਈਮ ਘੱਟ ਆ, ਲਗਭਗ 3 ਘੰਟਿਆਂ ਤੇ 20 ਮਿੰਟਾਂ ਦੇ ਵਿੱਚ ਮੈਂ 32 ਕਿਲੋਮੀਟਰ ਪੈਂਡਾ ਤੈਅ ਕਰਦਾ ਭੱਜ ਕੇ। ਅੱਜ ਕਹਿੰਦੇ ਸਮਾਂ ਥੋੜ੍ਹਾ ਜਿਹਾ, ਕਿੰਨਾ ਪੂਰਾ ਕਰ ਲਿਆ ਅੱਜ? ਅੱਜ ਕਹਿੰਦਾ ਘੰਟਾ ਕੁ ਲਾਇਆ ਲਗਭਗ, ਫਿਰ ਵੀ 10-12 ਕਿਲੋਮੀਟਰ ਪੈਂਡਾ ਤੈਅ ਕਰ ਦਿੱਤਾ ਨੌਜਵਾਨ ਨੇ। ਸਾਰੇ ਵੀਰਾਂ ਨੂੰ ਬੇਨਤੀ ਜ਼ਰੂਰ ਮਾਣ ਸਨਮਾਨ ਕਰਿਓ, ਤਾੜੀਆਂ ਮਾਰ ਦਿਓ ਗੱਭਰੂ ਦੇ ਲਈ ਪਹਿਲਾਂ ਦੇ ਲਈ। ਪਹਿਲੀ ਰੇਡ ਪਾਉਣ ਦੇ ਲਈ ਹਿੰਦਾ ਸੋਲ ਮੇਰੇ ਵੀਰਿਓ, ਸੋਲਾਂ ਦੀ ਧਰਤੀ ਦਾ ਹਿੰਦਾ ਗਰਲਾਲ ਸੋਲ, ਹਿੰਦਾ ਸੋਲ ਆ ਟੇਕ ਧਰਤੀ ਮਾਂ ਨੂੰ ਮੱਥਾ, ਰੱਬ ਦਾ ਨਾਮ ਧਿਆਕੇ ਬਾਜੇ ਖਾਨੇ ਵਾਂਗੂ ਦੱਸਦੇ ਭੰਗੜੇ ਪਾ ਕੇ। ਉਰਲੀ ਕੰਨੀ ਦੇ ਰਤਨਗੜੀਆ ਸੋਢੀ ਆ, ਪਰਲੀ ਕੰਨੀ ਦੇ ਰਸਾਲ ਸਿੰਘ ਸਾਲੂਆ, ਨਾਲ ਹੁਸੈਨ ਗੁੱਜਰ ਹੈ ਤੇ ਨਾਲ ਮਲਕੀਤ ਹੈ। ਆ ਤਲਵੰਡੀ ਦੀਨਾ ਨਾਥ ਲਾ ਮੇਰੇ ਵੀਰੋ, ਚਾਰ ਗੱਭਰੂ ਆ ਹੁਸੈਨ ਗੁੱਜਰ, ਹੁਸੈਨ ਗੁੱਜਰ, ਹੁਸੈਨ ਗੁੱਜਰ, ਇੱਕ ਪਾਸੇ ਗੁੱਜਰਾਂ ਦਾ ਮੁੰਡਾ ਤੇ ਦੂਜੇ ਪਾਸੇ ਜੱਟਾਂ ਦਾ ਮੁੰਡਾ। ਇਹ ਸੋਲ ਪਿੰਡਾ ਹਿੰਦਾ ਸੋਲ ਮੇਰੇ ਵੀਰੋ, ਆ ਲੱਖਾਂ ਵਰਗਾ ਪੁਆਇੰਟ ਆਪਣੀ ਟੀਮ ਦੇ ਲਈ ਜੋੜਦਾ ਹੋਇਆ, ਇੱਕ ਇੱਕ ਦਾ ਵਾਧਾ ਕਰਦਾ ਹੋਇਆ ਅਗਲੀ ਰੇਡ ਪਾਉਣ ਦੇ ਲਈ ਜਦੋਂ ਤੁਰਦਾ ਤੇ ਪੈਰ ਹਵਾਵਾਂ ਨਾਪਦੇ ਇਸ ਨੌਜਵਾਨ ਨੂੰ ਕਬੱਡੀ ਦੇ ਵਿੱਚ ਬਾਜ ਆਖਦੇ, ਬਾਜ ਚੱਲਿਆ ਹੈ ਆ ਰੇਡ ਪਾਉਣ ਦੇ ਲਈ, ਬਾਜ ਚੱਲਿਆ। ਪਰ ਪੁਆਇੰਟ ਕਿਹਦੇ ਪਾਸੇ? ਵਾਹ, ਪਹਿਲਾ ਪੁਆਇੰਟ ਨਾ ਮੈਂ ਮਾਪਿਆਂ ਨੇ ਰੱਖੀ, ਨਾ ਮੈਂ ਸਹੁਰਿਆਂ ਦੀ ਹੋਈ, ਜਿੰਨਾ ਜ਼ਿੰਦਗੀ 'ਚ ਹੱਸੀ ਉਹਨਾਂ ਡੋਲੀ ਵੇਲੇ ਰੋਈ, ਚੂੜੀ ਖੰਨੇ ਵਿੱਚ ਰਹਿ ਗਈ ਤਕਦੀਰ ਬਣ ਕੇ, ਕਿ ਖੱਟਿਆਈ ਮੈਂ ਤੇਰੀ ਹੀਰ ਬਣ ਕੇ, ਕਿ ਖੱਟਿਆਈ ਮੈਂ ਤੇਰੀ ਹੀਰ ਬਣ ਕੇ। ਉਧਰ ਜਿਹੜੇ ਸਾਡੇ ਭਰਾ ਹਰੀ ਢਿੱਲੋਂ, ਜਰਮਨ ਢਿੱਲੋਂ ਕਨੇਡਾ, ਹਰਮਨ ਢਿੱਲੋਂ ਤੇ ਸਵਰਗਵਾਸੀ ਭਿੰਦੇ ਢਿੱਲੋਂ ਵੱਲੋਂ ਜਿਹੜੀ ਮਾਇਆ ਲੱਗੀ ਸੀ 5500 ਰੁਪਈਆ, ਭਰਾ ਸਾਡੇ ਆਖਦੇ ਵੀ 7100 ਕਰ ਦਿਓ, ਜੇਤੂ ਟੀਮ ਨੂੰ 7100 ਦਿੱਤਾ ਜਾਵੇਗਾ। ਨਾਲ ਹੋਰ ਦੋ ਵੀਰ ਜੁੜ ਗਏ ਨੇ, ਸੇਠੀ ਸਾਊਦੀ ਅਰਬ ਤੇ ਯੋਵਨ ਢਿੱਲੋਂ ਫੌਜੀ ਸਾਹਿਬ, ਇਹ ਭਰਾ ਨੇ ਸਾਡੇ ਵੀਰ ਨੇ, ਜਿਨ੍ਹਾਂ ਵੱਲੋਂ ਕਹਿੰਦੇ ਹੋਰ 2000 ਰੁਪਈਆ ਪਾ ਕੇ ਤੇ 7100 ਕਰ ਦਿੱਤਾ ਗਿਆ। ਵੀ ਪਾ ਰੇਡ ਕਰੀਏ ਗਰਾਊਂਡ ਕਲੀਅਰ, ਉਹ ਕਰੀਏ ਗਰਾਊਂਡ ਕਲੀਅਰ, ਆ ਵੀ ਮੁੰਡਿਆ ਪਾ ਰੇਡ, ਦੀਪ ਉਹ ਦੀਪ ਆ ਜਾ ਨੌਜਵਾਨਾ ਪਾ ਰੇਡ, ਦੀਪ ਤਿਆਰੀ ਦੇ ਵਿੱਚ ਹੈ, ਪ੍ਰਭ ਵੀ ਆਇਆ ਹੈ, ਮਸਾਣਿਆਂ ਵਾਲੇ ਮਨੂ ਦਾ ਵੀਰ ਪ੍ਰਭ ਵੀ ਆਇਆ। ਉਧਰ ਹਰਿੰਦਰਪਾਲ ਸਿੰਘ ਟਿੱਕਾ ਨਾਰਵੇ ਤੋਂ ਲਾਈ ਬੈਠਾ ਹੋਇਆ, ਥੰਮ ਪ੍ਰਮੋਟਰ ਹੈ, ਜਿਹੜੇ ਕੰਡੇ ਟਿੱਕਾ ਕੱਢ ਗਿਆ ਨਾ ਉਹ ਨਹੀਂ ਕਿਸੇ ਤੋਂ ਨਿਕਲਣੇ ਮੇਰੇ ਵੀਰੋ। ਹਰਿੰਦਰਪਾਲ ਸਿੰਘ ਟਿੱਕਾ ਨਾਰਵੇ
ਥੰਮ ਪ੍ਰਮੋਟਰ ਹੈ, ਜੋ ਕਿਹਾ ਭਰਾ ਨੇ ਉਹ ਕੀਤਾ ਤੇ ਜੋ ਕਹਿਣਾ ਉਹ ਕਰਨਾ ਮੇਰੇ ਵੀਰਿਓ। ਹਰਿੰਦਰਪਾਲ ਸਿੰਘ ਟਿੱਕਾ ਨਾਰਵੇ ਤੋਂ ਉਹ ਲਾਈ ਬੈਠਾ ਹੋਇਆ ਯਾਰਾਂ ਮਿੱਤਰਾਂ ਦੇ ਨਾਲ, ਯਾਰਾਂ ਦਾ ਯਾਰ ਹੈ। ਚੋਟੀ ਦਾ ਮੈਚ ਖੇਡ ਮੈਦਾਨ ਦੇ ਵਿੱਚ, ਖੇਡ ਮੈਦਾਨ ਦੇ ਵਿੱਚ, ਇੱਕ ਪਾਸੇ ਫਰੰਦੀਪੁਰ ਦੀ ਟੀਮ ਬਾਬਾ ਬਿਧੀ ਚੰਦ ਕਬੱਡੀ ਕਲੱਬ ਫਰੰਦੀਪੁਰ ਤੇ ਦੂਜੇ ਪਾਸੇ ਸੰਤ ਬਾਬਾ ਹਯਾਰਾ ਸਿੰਘ ਕਬੱਡੀ ਕਲੱਬ ਨੜਾਂ ਵਾਲੀ ਗੁਰਦਾਸਪੁਰ ਦੀ ਗੱਲ ਜਾਣੀ ਤਰਨ ਤਾਰਨ ਤੇ ਗੁਰਦਾਸਪੁਰ ਦਾ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ। ਪਹਿਲੀ ਕਬੱਡੀ ਪਹਿਲੀ ਤੇ ਹੀ ਖੜਕਾ ਦੜਕਾ ਮੇਰੇ ਮਿੱਤਰੋ ਕਿ ਐਵੇਂ ਰੌਲਾ ਪੈ ਗਿਆ, ਬਸ ਐਵੇਂ ਰੌਲਾ ਪੈ ਗਿਆ। ਪਹਿਲਾ 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 ਪੁਆਇੰਟ ਹੀ ਲੱਖਾਂ ਵਰਗਾ ਹੈ। ਪਾਪ ਹੀ ਦੀਪ ਕਬੱਡੀ ਦੀਪ ਪਾ ਜੇ ਤਾਂ ਸਰਵਾਤਾਂ ਨੇ ਰੱਬ ਦੇ ਬਕਸੇ ਤਾਜ ਦੀਆਂ, ਬੜੀਆਂ ਲੰਬੀਆਂ ਰਾਹਾਂ ਨੇ ਸਰਤਿੰਦਰ ਤੋਂ ਸਰਤਾਜ ਦੀਆਂ, ਬੜੀਆਂ ਲੰਬੀਆਂ ਰਾਹਾਂ ਨੇ ਸਰਤਿੰਦਰ ਤੋਂ ਸਰਤਾਜ ਦੀਆਂ। ਆਹ ਸਤਿੰਦਰ ਤੋਂ ਸਰਤਾਜ ਦੀਆਂ ਮੰਨਾ ਢਿੱਲੋ ਤੇ ਢੋਲੀ ਭਰਾ ਸਾਡੇ ਜਿੰਨਾ ਸਿਰ ਵੱਡੀਆਂ ਜ਼ਿੰਮੇਵਾਰੀਆਂ ਨੇ ਪ੍ਰਬੰਧਕਾਂ ਦੇ ਨਾਲ। ਲਓ ਦੀਪ ਸਿੰਘ ਸਰਦਾਰ ਕਬੱਡੀ ਪੌਲੀ ਤਿਆਰ ਆ, ਸਾਹਮਣੇ ਪਾਸੇ ਚਾਰ ਆ ਗੋਪੀ ਵਰਗੇ ਮੇਰੇ ਮਿੱਤਰੋ, ਆਓ ਦੇਖਾਂਗੇ ਗੋਪੀ ਜੀ ਫੌਲ ਵਰਗੇ ਘੁੰਮਦੀ ਹੋਈ ਚੈਨ ਦੇ ਵਿੱਚ ਆ ਚੋਲੇ ਸਾਹਿਬ ਦੀ ਧਰਤੀ ਦਾ ਅਰਸ਼ ਦਾ ਵੀਰ, ਆਓ ਸੁਖਮਣ ਦਾ ਵੀਰ ਟਰਾਈਆਂ ਕਰਦਾ ਤੇ ਅੰਕ ਦੇਖਾਂਗੇ। ਦੀਪ ਸ਼ਿਕਾਰਾਂ ਵਾਲਾ ਆਪਣੀ ਟੀਮ ਦੇ ਖਾਤੇ 'ਚ ਲੱਖੇ ਦੇ ਅੰਕ ਦਾ ਵਾਧਾ ਕਰ ਗਿਆ ਮੇਰੇ ਮਿੱਤਰੋ। ਤਕੜਾ ਮੁਕਾਬਲਾ ਖੇਡਿਆ ਜਾ ਰਿਹਾ, ਤੇਜ ਪਾਲ ਆ ਗਿਆ ਸੁਰ ਸਿੰਘ ਦੀ ਧਰਤੀ ਦਾ ਮੇਰੇ ਵੀਰੇ। ਇਹ ਤੇਜ ਪਾਲ ਹੈ ਸੁਰ ਸਿੰਘ ਦੀ ਧਰਤੀ ਦਾ, ਕੱਪਲ ਸੁਰ ਸਿੰਘ, ਤਾਪਾ ਸੁਰ ਸਿੰਘ, ਆ ਵੇਖਾਂਗਾ ਤੇਜ ਪਾਲ ਸੁਰ ਸਿੰਘ ਦੀ ਧਰਤੀ ਦਾ। ਇੱਕ ਕੰਨੀ ਤੇ ਰਤਨਗੜੀਆ ਸੋਢੀ, ਪਰ ਦੋ ਨੰਬਰ ਤੋਂ ਹਸੈਨ ਗੁੱਜਰ, ਆ ਅੱਲਾਹੂ ਦਾ ਆਵਾਜ਼ਾ ਆਵੇ ਕੁੱਲੀ ਨੀ ਪਖੀਰ ਦੀ ਵਿੱਚੋਂ, ਇਹ ਗੁੱਜਰ ਬਰਾਦਰੀ ਦਾ ਮੁੰਡਾ, ਉਹ ਤਾੜੀਆਂ ਮਾਰ ਦੋ ਮੇਰੇ ਵੀਰੇ। ਫਰਿਆਦ ਕੇ ਲਾਣੇ ਦਾ ਗੁੱਜਰ ਬਰਾਦਰੀ ਦਾ, ਜਿੰਨੇ ਕੱਲ ਕਹਿੰਦੇ ਮੇਰੇ ਮਿੱਤਰੋ ਸਤਵਾਂ ਬਰਿਆਰਾਂ ਦੀ ਧਰਤੀ ਤੋਂ ਬੱਲੇ ਬੱਲੇ ਕਰਵਾ ਕੇ ਨਕਦ ਰਾਸੀ ਜਿੱਤੀ ਮੇਰੇ ਮਿੱਤਰੋ, ਬੈਸਟ ਜਾਫੀ ਬਣਦਾ ਵੱਡਾ ਮਾਣ। ਅਗਲੀ ਕਬੱਡੀ ਪੌਲੀ ਭੰਗਵਾਂ ਵਾਲਾ ਬਿੱਕਾ, ਆਹ ਮੁੰਡਾ ਵੀ ਕੱਲ ਕਹਿੰਦੇ ਸਤਵਾਂ ਦੀ ਧਰਤੀ ਤੋਂ ਬੈਸਟ ਬਣਿਆ ਮੇਰੇ ਮਿੱਤਰੋ। ਬਾਬਾ ਕਾਲਾ ਮੇਰੀ ਯਾਦਗਾਰੀ ਖੇਡ ਮੇਲੇ ਦੇ ਵਿੱਚ, ਪਰ ਆਓ ਕਾਬਲ ਸਿੰਘ ਜੀ ਧਰਦਿਆਂ ਵਾਲੇ ਕਿ ਜੱਜ ਮੂਰੇ ਮੁਕਰੀ ਨਾ ਮੁੱਲ ਪਿਆਰ ਦਾ ਮੋੜ ਦਿਓ ਜੱਟਣੀ, ਆਓ ਜੱਜ ਮੂਰੇ ਮੁਕਰੀ ਨਾ। ਇੰਦਰਜੀਤ ਦੜਵਿੰਡੀ ਵਾਲਾ ਫਿਰ ਤਿਆਰ ਆ, ਆਓ ਸਾਹਮਣੇ ਪਾਸੇ ਚਾਰ ਆ ਕਿ ਸਤਿਗੁਰੂ ਮਿਹਰ ਕਰ ਸਿਰ ਉੱਤੇ ਹੱਥ ਧਰ, ਹਰ ਵੇਲੇ ਆਉਂਦੀ ਰਵੇ ਸੁੱਖਾਂ ਦੀ ਪ੍ਰਭਾਤ, ਕਿ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਇੰਦਰਜੀਤ ਦੀ ਰੇੜ ਦੇ ਉੱਪਰ ਦੇਖਾਂਗੇ, ਇੱਕ ਪਾਸੇ ਰਸਾਲ ਸਿੰਘ ਸਾਲੂ ਆ, ਦੂਜੇ ਪਾਸੇ ਰਤਨਗੜੀਆ ਸੋਢੀਆ, ਨਾਲ ਹਸੈਨ ਆ, ਨਾਲ ਮਲਕੀਤਾ। ਰਤਨਗੜੀਆ ਰਤਨਗੜੀਆ ਸੋਢੀ, ਉਹ ਮਾਰ ਦਿਓ ਤਾੜੀਆਂ, ਇਹ ਰਤਨਗੜੀਆ ਸੋਢੀ ਆ, ਜਦੋਂ ਜੱਫਾ ਲਾਉਂਦਾ ਫਿਰ ਪੌਣ ਗਾਉਂਦੀ ਗੀਤ ਹੁੰਦੀ ਆ ਖਿਡਾਰੀਆਂ ਦੇ ਮਾਪੇ ਧੰਨਦੇ, ਰਤਨਗੜੀਏ ਸੋਢੀ ਦੇ ਜੱਫਿਆਂ ਨੂੰ ਲੋਕ ਮੰਨਦੇ, ਲੋਕ ਮੰਨਦੇ ਆ ਮੁੰਡੇ ਦੇ ਜੱਫਿਆਂ ਨੂੰ। ਆਵਾ ਚੌਂਤਰੇ ਪਿੰਡ ਵਾਲਾ ਘੱਟਾ ਮੇਰੇ ਵੀਰੋ, ਫਰੰਦੀਪੁਰੀਆ ਉਹਨਾਂ ਢਾਡਾ ਢਾਇਆ, ਜੇ ਤੁਸੀਂ ਉਹਨਾਂ ਦਾ ਢਾਹੋ ਮਜ਼ਾ ਫੇਰ ਆਉਂਦਾ, ਕਿ ਕਾਲੇ ਪਾਣੀਓ ਮਾਰ ਦੋ, ਖੱਤ ਕਿਸਨੇ ਨੇ ਪਾਇਆ, ਬਦਲਾ ਲੈ ਲਈ ਜੂਣਿਆ ਜੇ ਮਾਰਾ ਜਾਇਆ। ਆਓ ਆ ਗਿਆ ਪੁਆਇੰਟ ਲੈ ਕੇ ਮੇਰੇ ਵੀਰੋ, ਚੌਂਤਰੇ ਵਾਲਾ ਘੱਟਾ ਪੁਆਇੰਟ ਰੇਡਰ ਦਾ, ਧਾਵੀ ਦਾ ਬਰਾਰ ਰੇਡ ਪਾਉਣ ਦੇ ਲਈ ਮੁੰਡਾ ਸਾਬਾ ਤਿਆਰ ਬਰ ਤਿਆਰ ਹੈ। ਆਓ ਸਾਬਾ ਵਾਲਾ ਸਾਬਾ ਤਿਆਰ ਬਰ ਤਿਆਰ, ਚੱਲ ਮੈਂ ਕੱਦ ਦੇ ਵਿੱਚ ਉਧਰ। ਸੋ ਕਲੀ ਵਾਲੇ ਵੀਰਾਂ ਨੂੰ ਬੇਨਤੀ ਹੈ ਬਾਹਰ ਨਹੀਂ ਲੈਣ ਤੇ ਕਲੀ ਪਾ ਦੇਣ, ਜਿਹੜੇ ਭਰਾਵਾਂ ਦੀਆਂ ਡਿਊਟੀਆਂ ਨੇ ਕਿਰਪਾ ਕਰਕੇ ਆਪਣੀਆਂ ਡਿਊਟੀਆਂ ਸਾਂਭ ਲੈਣ। ਉਧਰਲੇ ਪਾਸੇ ਸੁਣੋ 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 ਕਿ ਯਾਰਾਂ ਦੀ ਯਾਰੀ ਤੋਂ ਅਰਸ਼ਦੀਪ ਢਿੱਲਾ ਯੂਐਸਏ, ਅਰਸ਼ਦੀਪ ਸਿੰਘ ਜੀ ਦੁਬਈ, ਗੋਪੀ ਦੇ ਤਿੰਨ ਜੱਫੇ
5100 ਰੁਪਏ ਦੇ ਹੋਣਗੇ ਮੇਰੇ ਪੁੱਤਰੂ ਬ੍ਰੰਦੀਪੁਰੀਏ ਗੋਪੀ ਦੇ ਤਿੰਨ ਜੱਫੇ 5100 ਰੁਪਏ ਦੇ ਹੋਣਗੇ ਯਾਰਾਂ ਦੀ ਯਾਰੀ ਤੋਂ ਅਰਸ਼ਦੀਪ ਸਿੰਘ ਬਿੱਲਾ ਯੂਐਸਏ ਅਰਸ਼ਦੀਪ ਡਬਈ ਤੇ ਗੋਪੀ ਦੇ ਜੱਫੇ ਦੇ 5100 ਲਓ ਸਾਬਾ ਆ ਗਿਆ ਕੀੜੀ ਫਗਾਨਾ ਪੈਂਦਾ ਮੇਰੇ ਵੀਰੋ ਖੇਡਿਆ ਨਿਊਜ਼ੀਲੈਂਡ ਮੁੰਡਾ ਖੇਡਿਆ ਯੂਰਪ ਦੀ ਧਰਤੀ ਤੇ ਸਾਬਾ ਕੀੜੀ ਫਗਾਨੇ ਵਾਲਾ ਇਹਦੀ ਯਾਰੀ ਕਬਲੀ ਦੇ ਨਾਲ ਹੈ ਲਾਲ ਵਾਲਾ ਪਿੰਡ ਏ ਕਬਲੀ ਦਾ ਤੇ ਕੈਨੇਡਾ ਦੇ ਵਿੱਚ ਬੱਲੇ ਬੱਲੇ ਕਰਵਾ ਰਿਹਾ 28 ਜੂਨ ਨੂੰ ਭਾਈ ਸੂਰਾ ਆ ਮਾਲੇਵਾਲ ਇਸੇ ਤਰ੍ਹਾਂ ਡਾਂ ਖੜਕਣੀ ਹੈ ਕਬਲੀ ਲਾਲ ਵਾਲਾ ਤੇ ਰਾਣਾ ਭਰਾ ਮੇਰੇ ਵੀਰੋ ਖੁੱਲੇ ਸੱਦੇ ਪੱਤਰ ਦੇ ਰਹੇ ਨੇ ਆ ਸਾਡੇ ਭਰਾ ਰੇਡ ਪਾਉਣ ਦੇ ਲਈ ਆ ਮੁੰਡਾ ਹੈ ਮੇਰੇ ਵੀਰੋ ਚੜ੍ਹਦੇ ਸੂਰਜ ਨੂੰ ਫਰੰਦੀ ਪ੍ਰਿਆ ਗੁਰਦੇਵ ਵਧੀਆ ਹੋਇਆ ਰੇਡ ਪਾਉਣ ਦੇ ਲਈ ਗੁਰਦੇਵ ਹੈ ਫਰੰਦੀ ਪ੍ਰਿਆ ਫਰੰਦੀ ਪ੍ਰਿਆ ਫਰੰਦੀ ਪ੍ਰਿਆ ਗੁਰਦੇਵ ਉੱਚਾ ਲੰਮਾ ਗੱਭਰੂ ਉੱਚੀ ਲੰਮੀ ਹੇਕ ਪਰ ਦੂਜੇ ਪਾਸੇ ਅਮਲਕੀਤ ਅਮਲਕੀਤ ਇਹਦਾ ਤਲਵੰਡੀ ਦੀਨਾਨਾਥ ਪਿੰਡ ਹੈ ਇਹ ਤਲਵੰਡੀ ਦੀਨਾਨਾਥ ਵਾਲਾ ਆਓ ਮਲਕੀਤ ਆਓ ਮਲਕੀਤ ਦੀਨਾਨਾਥ ਵਾਲਾ ਬੱਲੇ ਬੱਲੇ ਕਰਾ ਗਏ ਤਕੜਾ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਜੇਤੂ ਟੀਮ ਲਈ 7100 ਦਿੱਤਾ ਜਾਵੇਗਾ ਹਰੀ ਕੈਨੇਡਾ ਯਰਮਨ ਨੇਵੀ ਹਰਮਨ ਕੈਨੇਡਾ ਸਵਰਗਵਾਸੀ ਗੁਰਪਿੰਦਰ ਸਿੰਘ ਜੀ ਪਿੰਦਾ ਸੇਠੀ ਸਾਊਦੀ ਅਰਬ ਤੇ ਜੋਬਨ ਫੌਜੀ ਭਰਾਵਾਂ ਦੇ ਵੱਲੋਂ ਜੇਤੂ ਟੀਮ ਨੂੰ 7100 ਦਿੱਤਾ ਜਾਵੇਗਾ ਪਰ ਇੱਧਰਲੇ ਪਾਸੇ ਦੇਖਾਂਗੇ ਮੇਰੇ ਮਿੱਤਰੋ ਆਓ ਖੜਕਾ ਦੜਕਾ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਕਿ ਕੁੜੀਓ ਰਾਹ ਛੱਡ ਦੋ ਆਓ ਮੇਰੇ ਯਾਰ ਨੇ ਗਲੀ ਦੇ ਵਿੱਚੋਂ ਲੰਘਣਾ ਪਰ ਜਿੱਥੋਲਾ ਪਾਣਾ ਆਓ ਕੱਲੇ ਬੰਦੇ ਪਾ ਕੇ ਆਓ ਕਿ ਗੱਭਰੂ ਨੇ ਰੇਲ ਡੱਕ ਲਈ ਅੱਗੇ ਸੁੱਟ ਕੇ ਕਿੱਕਰ ਦਾ ਮੋਛਾ ਆਓ ਹਿੰਦਾ ਆ ਗਿਆ 16 ਵਾਲਾ ਹਿੰਦਾ ਆ ਗਿਆ ਚਾਰ ਗੱਭਰੂ ਤਿਆਰੀ ਦੇ ਵਿੱਚ ਔਰ ਸਾਲ ਸਾਲੂ ਖਜਾਲੇ ਵਾਲਾ ਜਮੇਰ ਪਰ ਰਣਧੀਰ ਸਿੰਘ ਧੀਰੇ ਦੀ ਵਿਸਲ ਹੈ ਪਾਇੰਟ ਰੇਡਰ ਦੇ ਸੇ ਧਾਵੀ ਦੀ ਸੇ ਜੁੜਦਾ ਹੋਇਆ ਉਧਰ ਹਰਕਿਰਤ ਸਿੰਘ ਜੀ ਢਿੱਲੋਂ ਕੈਨੇਡਾ ਤੋਂ ਯਰਮਨ ਢਿੱਲੋਂ ਨੇਵੀ ਤੇ ਸਵਰਗਵਾਸੀ ਗੁਰਪਿੰਦਰ ਢਿੱਲੋਂ ਨੂੰ ਯਾਦ ਕਰਦੇ ਹੋਏ ਹਰਮਨ ਕੈਨੇਡਾ ਜੇਤੂ ਟੀਮ ਦੇ ਲਈ 5500 ਦੇਣਾ ਇਹਨਾਂ ਭਰਾਵਾਂ ਨੇ ਜੇਤੂ ਟੀਮ ਦੇ ਲਈ 5500 ਦੇਣਾ ਹਰਮਨ ਤਿਆਰ ਪਰ ਤਿਆਰ ਹੈ ਭਲਵਾਨ ਇੱਕ ਕੰਨੀ ਦੇ ਫਰੰਦੀ ਪ੍ਰਿਆ ਗੋਪੀ ਹੈ ਨਾਲ ਚੋਲੇ ਵਾਲਾ ਜੱਗੂ ਆ ਮੇਰੇ ਵੀਰੋ ਤੇ ਨਾਲ ਸੋਖਾ ਭੰਗਾਲੇ ਵਾਲਾ ਤੇ ਸਾਹਮਣੇ ਚੋਲੇ ਵਾਲਾ ਜੱਗੂ ਆ ਪਾਤਾ ਲੰਮੇ ਲਾਤਾ ਜਿੰਦਾ ਕਰਤਾ ਫਾੜਕ ਬੰਦ ਪਾਇੰਟ ਜਿਹੜਾ ਜਾਫੀ ਦਾ ਤੇ ਸੁਰ ਸਿੰਘ ਵਾਲਾ ਫੇਰ ਆ ਗਿਆ ਆਓ ਸੁਰ ਸਿੰਘ ਪਹਿਲਵਾਨਾਂ ਦਾ ਸੂਰ ਵੀਰ ਜਵਾਨਾਂ ਦਾ ਮੇਰੇ ਮਿੱਤਰੋ ਅੰਬੇ ਨੇ ਮਸ਼ਹੂਰ ਕਰਤਾ ਨਗਰ ਮੇਰੇ ਮਿੱਤਰੋ ਮਹਾਂਪੁਰਸ਼ ਬਾਬਾ ਦਇਆ ਸਿੰਘ ਦੀ ਦਇਆ ਬਰਸਦੀ ਮੇਰੇ ਮਿੱਤਰੋ ਆਓ ਗੱਲਾਂ ਵੱਡੀਆਂ ਨੇ ਮਹਾਂਪੁਰਸ਼ ਬਾਬਾ ਅਵਤਾਰ ਸਿੰਘ ਦੀ ਨਗਰੀ ਆ ਪਰ ਇੱਧਰਲੇ ਪਾਸੇ ਵੀ ਗੁਰੂ ਕੀਆਂ ਲਾਡਲੀਆਂ ਫੌਜਾਂ ਪਹੁੰਚੀਆਂ ਹੋਈਆਂ ਨੇ ਕਿ ਪੁੱਤ ਤੇਰੇ ਸਾਹਿਬ ਗੁਰੇ ਆਓ ਨਿਹੰਗ ਸਿੰਘ ਚੱਕਰ ਦਮਾਲਿਆਂ ਵਾਲੇ ਪਰ ਇੱਧਰਲੇ ਪਾਸੇ ਰਸਾਲ ਸਿੰਘ ਸਾਲੂ ਟੀਮ ਦਾ ਕਪਤਾਨ ਆ ਮੇਰੇ ਮਿੱਤਰੋ ਆਓ ਵੱਡਾ ਮਾਣ ਕਰਦਾ ਸਾਡਾ ਵੀਰ ਰਮਨ ਕਲੇਰ ਯੂਕੇ ਵਾਲਾ ਅੱਜ ਦੇ ਖੇਡ ਮੇਲੇ ਨਾਲ ਲਾਈਵ ਜੁੜੇ ਹੋਇਆ ਆਓ ਵੱਡਾ ਪ੍ਰਮੋਟਰ ਇਸ ਟੀਮ ਦਾ ਸੰਤ ਬਾਬਾ ਹਜ਼ਾਰਾ ਸਿੰਘ ਕਬੱਡੀ ਕਲੱਬ ਨੜਾਂਬਲੀ ਟੀਮ ਨੂੰ ਜੋ ਵੱਡਾ ਰੇਡ ਪਾਉਣ ਦੇ ਲਈ ਕੌਣ ਆ ਗਿਆ ਦੀਪ ਆ ਗਿਆ ਆ ਮੁੰਡਾ ਇੰਗਲੈਂਡ ਖੁੱਤੀ ਪਾ ਗਿਆ ਹੈ ਜਿਵੇਂ ਕਹਿੰਦੇ ਨਾ ਆਇਆ ਪ੍ਰੀਤਾ ਗਿਆ ਪ੍ਰੀਤਾ ਲਾਈ ਮਾਰੀ ਤੋੜ ਆ ਕਬੱਡੀ ਦੇ ਕਪੂਰਥਲਾ ਚੀਜ਼ਾਂ ਕੋ ਦੋਣਾ ਇੱਕ ਪਾਸੇ ਚੋਲੇ ਵਾਲਾ ਜੱਗੂ ਇੱਥੇ ਰੱਖ ਇਹਨੂੰ ਦੀਪ ਕਹਿੰਦੇ ਆ ਇਹਨੂੰ ਦੀਪ ਕਹਿੰਦੇ ਆ ਐਵੇਂ ਨਹੀਂ ਇੰਗਲੈਂਡ ਉਹ ਖੇਡ ਕੇ ਆਇਆ
ਉਹ ਕਿਸੇ ਗੱਲ ਨੂੰ ਖੇਡ ਕੇ ਆਇਆ, ਕਿਸੇ ਗੱਲ ਨੂੰ ਆਹ ਖੇਡ ਕੇ ਆਇਆ। ਤੇ ਰਮਨ ਕਲੇਰ ਨੇ ਆਉਂਦੇ ਕਹਿੰਦੇ 1 ਲੱਖ ਨਾਲ ਵੱਡੇ ਮਾਣ ਪਹੁੰਚਦੇ ਕਰਦੇ ਸੀ ਮੇਰੇ ਪੁੱਤਰ। 7 ਖਿਡਾਰੀ ਇੰਗਲੈਂਡ ਖੇਡੇ, 7 ਲੱਖ ਰਾਹ ਦੇਖਾਂਗੇ। ਟੈਕਨੀਕਲ ਪੁਆਇੰਟ, ਡਬਲ ਟੱਚ ਦਾ ਇਸ਼ਾਰਾ ਤੇ ਅੰਕ ਇੰਦਰਜੀਤ ਆਹ ਦੇਖਦੇ ਵੀ ਆਪਣੀ ਟੀਮ ਦੇ ਖਾਤੇ ਦੇ ਵਿੱਚ ਜੁੜ ਗਏ। ਅਗਲੀ ਕਬੱਡੀ ਭੰਗਵਾਂ ਵਾਲੇ ਪਿੱਕੇ ਦੀ, ਆਹ ਦੇਖਦੇ ਵੀ ਸਾਹਮਣੇ 4 ਨੇ। ਗੋਪੀ ਫਰੰਦੀ ਪੁਰੀਆਂ 3 ਜੱਫੇ ਲਾਵੇ ਤੇ 5100 ਦਿੱਤਾ ਜਾਣਾ ਮੇਰੇ ਪੁੱਤਰ। ਆਹ ਸਾਹਮਣੇ ਪਾਸੇ ਦੇਖਾਂਗੇ, ਇੱਧਰ ਦੇ ਵਿੱਚ ਆਉਂਦੀ ਹੋਈ ਚੈਨ ਦੇ ਵਿੱਚ ਖੜਕਾ ਦੜਕਾ ਖੇਡ ਮੈਦਾਨ 'ਚ ਕਿ ਭੱਜ 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 ਮਾਸੀ ਦੇ ਆ ਪੁੱਤਾਂ ਟੱਕਰ ਸਿਰੇ ਦੀ। ਪਰ ਆਹ ਦੇਖਾਂਗੇ ਮੁੰਡਾ ਇਸ ਵੇਲੇ ਕਰਦਾ ਕਮਾਲ ਤੇ ਭੰਗਵਾਂ ਭੰਗਵਾਂ ਵਾਲਾ ਪਿੱਕਾ ਲੱਖੇ ਜੰਗ ਦਾ ਵਾਧਾ ਕਰਨ ਦੇ ਵਿੱਚ ਕਾਮਯਾਬ ਹੋ ਗਿਆ ਮੇਰੇ ਪੁੱਤਰ। ਚੜ ਚੜ ਕੇ ਕਬੱਡੀਆਂ ਪੈਂਦੀਆਂ ਤਿਆਰ ਆ ਮੇਰੇ ਵੀਰੋ। ਆ ਗੱਬਰ ਬਾਗੜੀਆਂ, ਕਾਲਾ ਬਾਗੜੀਆਂ ਉਹਦੇ ਪਿੰਡ ਦਾ, ਆ ਬਾਗੜੀਆਂ ਵਾਲਾ ਸਾਬਾ, ਕਦੇ ਸੱਜੇ ਕਦੇ ਖੱਬੇ, ਇੱਕ ਕੰਨੀ ਦੇ ਰਤਨਗੜੀਆ ਸੋਢੀ, ਦੂਜੀ ਕੰਨੀ ਦੇ ਹੁਸੈਨ ਗੁੱਜਰ ਤੇ 2 ਨੰਬਰ ਤੋਂ ਇਹ ਮਲਕੀਤ ਆ। ਅੱਜ ਕਹਿੰਦੇ ਜਦੋਂ ਘਰੋਂ ਤੁਰਿਆ ਨਾ ਤੇ ਮੁੰਡਾ ਦਹੀਂ ਖਾ ਕੇ ਤੁਰਿਆ, ਅੱਜ ਤਾਂ ਉਹ ਮੁੱਦੇ ਹੀ ਕਰੀ ਆਉਂਦਾ, ਅੱਜ ਤਾਂ ਮੁੱਦੇ ਹੀ ਕਰੀ ਆਉਂਦਾ। ਲੱਖਾਂ ਵਰਗਾ ਪੁਆਇੰਟ ਬ੍ਰਹਮ ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਜੀ ਕਬੱਡੀ ਕਲੱਬ ਨੜਾਵਾਲ ਦੇ ਹਿੱਸੇ ਜੁੜਦਾ ਹੋਇਆ, ਹਾਂ ਨੜਾਵਾਲ ਦੀ ਟੀਮ ਦੇ ਖਾਤੇ 'ਚ ਜੁੜਦਾ ਹੋਇਆ। ਪਾਸੇ ਪਾਸੇ ਹਟ ਜਾਓ ਮੇਰੇ ਪੁੱਤਰੋ, ਹਾਲੇ ਸਰਵਾਕਾਂ ਨੇ ਗੱਲਾਂ ਵੱਡੀਆਂ ਨੇ। ਆਹ ਖੇਡ ਮੈਦਾਨ ਦੇ ਵਿੱਚ ਦੇਖਾਂਗੇ, ਤਕੜਾ ਮੁਕਾਬਲਾ ਖੇਡਿਆ ਜਾ ਰਿਹਾ ਹੈ। ਉਧਰ ਟਾਈਮ ਲੱਗਾ, ਇਹਨੂੰ ਬੰਦ ਕਰ ਦਿਓ, ਉਹ ਇੱਕੋ ਰਹਿਣ ਦਿਓ। ਕਾਬਲ ਸਿੰਘ ਨੇ ਲਾਇਆ, ਆਹ ਬੰਦ ਕਰ ਦਿਓ ਮੇਰਾ ਵੀਰ, ਰਹਿਣ ਦੇ ਬੰਦ, ਮੈਂ ਚੱਲਣ ਦਿਓ ਮੇਰੇ ਵੀਰ। ਕਾਬਲ ਸਿੰਘ ਨੇ ਲਾਇਆ ਟਾਈਮ ਨਾ, ਠੀਕ ਹੈ ਸੀ, 7 ਜਣੇ ਆ, ਸੁੱਖ ਨਾ ਸੀ ਕੋਈ ਟਾਈਮ ਵਾਲੇ, 2 ਜਣੇ ਟਾਈਮ ਵਾਲੇ ਖੜੇ ਹੈ, 7 ਜਣੇ ਆ, ਫਿਸਲ ਸੀ ਇੱਕ ਮੈਚ, 7 ਫਿਸਲ ਹੈ, 7 ਫਿਸਲ। ਕਾਬਲ ਸਿੰਘ ਆਓ ਸਾਹਮਣੇ ਪਾਸੇ ਦੇਖਾਂਗੇ, ਨਾਲ ਬਿਕਰ ਪੰਧੇਰ ਵੀ ਹੈ, ਬਿੱਲਾ ਵੀ ਆਇਆ, ਨਾਰਾ ਵੀ ਆਇਆ। ਆਓ ਵੇਖਾਂਗਾ ਮੇਰੇ ਵੀਰੇ, ਇੰਦਰਜੀਤ ਭਾਮ ਭਾਮੜੀ ਵਾਲਾ ਔਲਖਾਂ ਵਾਲਾ ਧੀਰਾ, 7 ਰੈਫਰੀ ਹੈ, ਉਹ ਮੈਚ ਏਡਾ ਤਗੜਾ ਕਿ 7 ਰੈਫਰੀਆਂ ਕੋਈ ਸੈੱਟ ਨਹੀਂ ਬਹਿ ਰਿਹਾ। ਪਰ ਫਰੰਦੀ ਪੁਰੀਆ ਤੇ ਕੀਪਾ ਤਿੰਮੋ ਵਾਲੀਆ, ਆ ਕੀਪਾ ਤਿੰਮੋ ਵਾਲੀਆ, ਪਰ ਇੱਕ ਪਾਸੇ ਆ ਸੀ ਮੇਰੇ ਵੀਰੇ ਗੋਪੀ ਜੱਠਾਵਾਲਾ ਵਾਲਾ ਸੁਰ ਸਿੰਘ ਦੀ ਧਰਤੀ ਦਾ, ਹੁਣ ਬੱਲੇ ਬੱਲੇ ਕਰਾਈ ਆ। ਤੇ ਆਓ ਦੇਖਾਂਗੇ ਇਸ ਵੇਲੇ ਕੀਪਾ ਤਿੰਮੋ ਵਾਲੀਆ ਲੱਖੇ ਜੰਗ ਦਾ ਵਾਧਾ ਕਰਨ ਦੇ ਵਿੱਚ ਕਾਮਯਾਬ ਹੋ ਗਿਆ ਮੇਰੇ ਪੁੱਤਰੋ। ਤਕੜਾ ਮੁਕਾਬਲਾ ਜਿਹੜਾ ਖੇਡ ਗਰਾਊਂਡ ਦੇ ਵਿੱਚ ਖੇਡਿਆ ਜਾ ਰਿਹਾ ਹੈ, ਦੋਨਾਂ ਪਾਸਿਆਂ ਤੋਂ ਜ਼ੋਰ ਲੱਗੇ ਪਏ ਨੇ, ਦੁਨੀਆ ਪੱਬਾਂ ਭਾਰਾ, ਸੂਰਜ ਦੇਵਤਾ ਵੀ ਲਾਲੀਆਂ ਸੜਦਾ ਜਾ ਰਿਹਾ, ਮੱਠੀ ਮੱਠੀ ਹਵਾ ਮੇਰੇ ਮਿੱਤਰੋ। ਮੇਲਾ ਮੈਸਮਪੁਰ ਪਿੰਡ ਚੱਲਦਾ ਕਿ ਚੱਲ ਚੱਲੀਏ ਮੈਸਮਪੁਰ ਮੇਲੇ, ਨੀ ਮੁੰਡਾ ਤੇਰਾ ਮੈਂ ਚੱਕ ਲੂ। ਆਹ ਟੀਮ ਦਾ ਕਪਤਾਨ ਰਸਾਲ ਸਿੰਘ ਜੀ ਸਾਲੂ ਆ ਪਰ ਨਹੀਂ ਰੀਸਾ, ਭਾਵੇਂ ਫਰੰਦੀ ਪੁਰੀਆ ਪੁਆਇੰਟ ਲੈ ਗਿਆ ਪਰ ਸੌਖਾ ਨਹੀਂ ਖੜ ਦਿੱਤਾ। ਆ ਮਾਣਾ, ਪਰ ਰੇਡ ਪਾਉਣ ਦੇ ਲਈ ਕੌਣ ਆ ਗਿਆ ਮੇਰੇ ਵੀਰੋ? ਸੱਪ ਆ ਗਿਆ, ਕਿਹੜੀ ਫਗਾਨੇ ਵਾਲਾ, 4 ਗੱਭਰੂ ਤਿਆਰੀ ਦੇ ਵਿੱਚ, ਇੱਕ ਕੰਨੀ ਦੇ ਫਰੰਦੀ ਪ੍ਰੀਆ ਗੋਪੀ, ਨਾਲ ਚੋਲੇ ਵਾਲਾ ਮੇਰੇ ਵੀਰੋ, ਆ ਜਿਹੜਾ ਦੁਨੀਆ ਦਾ ਬਲਾ ਜਾਫੀ ਅੱਚੀ ਆ, ਉਪਲਾ ਵਾਲਾ ਪਰ ਲੱਗਦਾ ਯੋਰ ਘੜਿਆ ਚਨਾ ਦੇ ਵਿੱਚ ਲਾ ਦੇ ਪਾਰਵੇ,
ਪਰ ਜੱਟ ਦੀ ਬਾਜ ਵਾਲੀ ਉਂਗਲ ਖੜੀ ਹੈ ਜਦੋਂ ਮੋਟਿਆ ਪੱਟਾਂ ਤੇ ਥਾਪੀ ਵੱਜਦੀ ਖੜਕਾ ਲਾਹੌਰ ਸੁਣੀਦਾ ਲਓ ਸੋਲਾਂ ਵਾਲਾ ਹਿੰਦਾ ਹੁਸੈਨ ਗੁੱਜਰ ਹੁਸੈਨ ਗੁੱਜਰ ਆ ਗੁੱਜਰ ਬਰਾਦਰੀ ਦਾ ਮੁੰਡਾ ਜਿਹਦੇ ਬਾਰੇ ਦੇਵੀ ਮਖਸੂਸਪੁਰੀ ਨੇ ਗਾਇਆ ਅੱਖ ਵਿੱਚ ਪੈ ਜੇ ਵਾਲ ਤੰਗ ਕਰਦਾ ਲੋਹੇ ਨੂੰ ਲੱਗ ਜੇ ਜੰਗਾਲ ਤੰਗ ਕਰਦਾ ਉਹ ਗੁੱਜਰਾਂ ਦੀ ਮੁੱਕ ਜੇ ਪਰਾਲੀ ਤੇ ਸਿਆਲ ਤੰਗ ਕਰਦਾ ਆ ਰੇੜ ਪੈ ਗਈ ਆ ਹਾਂ ਤਗੜਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਕਿ ਗੁੱਜਰਾਂ ਦੀ ਮੁੱਕ ਜੇ ਪਰਾਲੀ ਤੇ ਸਿਆਲ ਤੰਗ ਕਰਦਾ ਸਿਆਲ ਬਾਹਲਾ ਹੀ ਤੰਗ ਕਰਦਾ ਮੇਰੇ ਮਿੱਤਰੋ ਖੇਡ ਗਰਾਊਂਡ ਦੇ ਵਿੱਚ ਸਾਡੇ ਜੱਟਾਂ ਜਿਮੀਦਾਰਾਂ ਨੇ ਹੁਣ ਪਹੁ ਰੱਖਣੇ ਘੱਟ ਕਰ ਦਿੱਤੇ ਆ ਪਰ ਗੁੱਜਰ ਬਰਾਦਰੀ ਦੇ ਅੱਜ ਵੀ ਚਰਚੇ ਮੇਰੇ ਮਿੱਤਰੋ ਉਸੇ ਤਰ੍ਹਾਂ ਹੀ 70-70-80-80 ਮੱਝਾਂ ਨੇ ਪਰ ਆਓ ਦੇਖਾਂਗੇ ਟੈਕਨੀਕਲ ਪੁਆਇੰਟ ਪੁਆਇੰਟ ਕਮਲ ਸਿੰਘ ਜੀ ਹਾਂਜੀ ਧਾਵੀ ਦੇ ਖਾਤੇ ਦੇ ਵਿੱਚ ਆ ਬਹੁਤ ਵਧੀਆ ਮੁਕਾਬਲਾ ਖੇਡਿਆ ਜਾ ਰਿਹਾ ਖੇਡ ਗਰਾਊਂਡ ਦੇ ਵਿੱਚ ਦੋਨਾਂ ਪਾਸਿਆਂ ਤੋਂ ਜ਼ੋਰ ਲੱਗੇ ਪਏ ਨੇ ਕਿ ਨੰਗੇ ਪਿੰਡੇ 'ਚ ਜਵਾਨੀ ਚਮਕਦੀ ਏ ਜਿਵੇਂ ਚਮਕਦਾ ਸੋਨਾ ਸੁਨਿਆਰ ਦਾ ਏ ਔਰ ਏਦਾਂ ਪਾਉਣ ਤੇ ਜੱਫੇ ਲਾਉਣ ਦੇ ਲਈ ਜੋ ਉਸ ਮੁੰਡਿਆਂ ਵਿੱਚ ਠਾਠਾ ਮਾਰਦਾ ਏ ਇੱਕ ਪਾਸੇ ਟੀਮ ਮੇਰੇ ਮਿੱਤਰ ਫਰੰਦੀਪੁਰ ਦੀ ਦੂਜੇ ਪਾਸੇ ਨੜਾਂ ਵਾਲੀ ਪਰ ਆਓ ਸਾਹਮਣੇ ਪਾਸੇ ਦੇਖਾਂਗੇ ਸਾਡੇ ਰਣਧੀਰ ਸਿੰਘ ਜੀ ਤੀਰਾ ਔਲਖ ਫੈਸਲੇ ਕਰਕੇ ਕਿ ਅੰਕ ਧਾਵੀ ਦੇ ਖਾਤੇ ਦੇ ਵਿੱਚ ਜੋੜ ਦਿਓ ਇੱਕ ਇੱਕ ਪੁਆਇੰਟ ਵਾਲਾ ਉਧਰ ਯਾਦਵਿੰਦਰ ਢਿੱਲੋਂ ਮੇਰੇ ਵੀਰੋ ਰੇਡਰ ਅੰਮ੍ਰਿਤਸਰ ਪੰਜਾਬ ਪੁਲਿਸ ਵੱਡੇ ਰੋਲ ਭਰਾਵਾਂ ਦੇ ਹੈ ਸਾਰੇ ਸਤਿਕਾਰਯੋਗ ਵੀਰ ਅੱਜ ਕਬੱਡੀ ਨੂੰ ਪਿਆਰ ਦੇ ਰਹੇ ਨੇ ਵਧੀਆ ਮੈਚ ਹਾਂਜੀ ਪ੍ਰਾਚਾ ਭਾਜੀ ਮਾੜੀ ਜੀ ਬੇਨਤੀ ਕਰਿਓ ਵੀ ਗਰਾਊਂਡ ਦੇ ਵਿੱਚ 7 ਫੀਸਲਾ 7 ਦੇ ਵਿੱਚੋਂ ਮੈਂ 2 ਨੂੰ ਆਖੂੰਗਾ ਵੀ ਤੁਸੀਂ ਕਿਰਪਾ ਕਰਕੇ ਗਰਾਊਂਡ ਕਲੀਅਰ ਕਰਾ ਦਿਓ ਬਾਈ ਬਣ ਕੇ ਗਰਾਊਂਡ ਕਲੀਅਰ ਕਰਦੇ ਪਿੱਛੋਂ ਜੇ ਦਰਸ਼ਕ ਵੀਰਾਂ ਵੇਖਿਆ ਨਾ ਫਿਰ ਏਡਾ ਮੇਲਾ ਕਰਾਉਣ ਦਾ ਫਾਇਦਾ ਵੀ ਕੀ ਨੇ ਆਪਾਂ ਪੈਸੇ ਲਾਏ ਆ ਕਿਰਪਾ ਕਰਕੇ ਜਿਹੜੇ ਐਕਸਟਰਾ ਪਲੇਅਰ ਦੇ ਸਾਈਡ ਤੇ ਹੋ ਕੇ ਬੈਠ ਜਾਣ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੁਹਾਨੂੰ ਮਾਣ ਪਿਆਰ ਕਰਦੀ ਤੁਹਾਨੂੰ ਹਾਂ ਸਾਹਮਣੇ ਪਾਸੇ ਸ਼ਿਕਾਰਾਂ ਵਾਲਾ ਦੀਪ ਅਗਲੀ ਰੇਡ ਪਾਉਣ ਲਈ ਤਿਆਰ ਪਰ ਪਿਆਰਾ ਪਿਆਰਾ ਮਹਾਂਪੁਰਸ਼ਾਂ ਦੇ ਨਾਲ ਆਓ ਸਾਹਮਣੇ ਪਾਸੇ ਫਰੰਦੀ ਪ੍ਰੀਏ ਗੋਪੀ ਨਾਲ ਟੱਕਰ ਪਰ ਅੰਕ ਦੇਖਾਂਗੇ ਸ਼ਿਕਾਰਾਂ ਵਾਲਾ ਦੀਪ ਆਪਣੀ ਟੀਮ ਦੇ ਖਾਤੇ ਦੇ ਵਿੱਚ ਜੋੜਨ 'ਚ ਕਾਮਯਾਬ ਹੋ ਗਿਆ ਮੇਰੇ ਮਿੱਤਰ ਸੀਤੋ ਵਾਲੀ ਸੋਨੀ ਨੂੰ ਕੌਣ ਕੌਣ ਪਿਆਰ ਕਰਦਾ ਕੀ ਹਾਲ ਚਾਲ ਦੋਸਤੋ ਇੰਦਰਜੀਤ ਆਹ ਵੇਖਾਂਗਾ ਤਿਆਰੀ ਦੇ ਵਿੱਚ ਖਜਾਲੇ ਵਾਲਿਆ ਵੇਖ ਮੁੰਡੇ ਦੇ ਸਰੀਰ ਚ ਕਿੰਨੇ ਕੁ ਜਾਨ ਆ ਕਰ ਚੈੱਕ ਜਾਂ ਕਹਦੇ ਰਤਨਗੜੀਏ ਸੋਢੀ ਨੂੰ ਆ ਰੱਖ ਧੌਣ ਤੇ ਹੱਥ ਪਰ ਖਜਾਲੇ ਵਾਲਾ ਜਮੇਰ ਇਹ ਮੇਰੇ ਨਾਲ ਕਨੇਡਾ ਗਿਆ 11 ਦੇ ਵਿੱਚ ਪਹਿਲੀ ਵਾਰ ਕਨੇਡਾ ਦੀ ਧਰਤੀ ਦੇ ਮੈਗਾ ਸਿਟੀ ਸਪੋਰਟਸ ਕਬੱਡੀ ਕਲੱਬ ਵੱਲੋਂ ਪੰਜਾਬ ਦੇ ਆਹ ਕਦੇ ਬਰੈਪਟਨ ਕਦੇ ਟੋਰਾਂਟੋ ਤੇ ਕਦੇ ਹਮੈਂਟਨ ਦੇ ਵਿੱਚ ਬੱਲੇ ਬੱਲੇ ਕਰਵਾਈ ਹੈ ਲਓ ਸਾਹਮਣੇ ਆ ਰੇਡ ਪਾਉਣ ਲਈ ਭੰਗਵਾ ਵਾਲਾ ਭੰਗਵਾ ਵਾਲਾ ਬਿੱਕਾ ਆ ਗਿਆ ਪਰ ਮਿੱਤਰੋ ਖੇਡ ਮੈਦਾਨ ਦੇ ਵਿੱਚ ਉੱਧਰ ਫਰੰਦੀਪੁਰੀ ਆ ਗੋਪੀ ਜੀ 3 ਜੱਫੇ ਲਾਵੇ 11 ਦੀ ਯਾਰੀ ਤੋਂ ਅਰਸ਼ਦੀਪ ਸਿੰਘ ਬਿੱਲਾ USA ਅਰਸ਼ਦੀਪ ਦੁਬਈ 5,500 ਰੁਪਏ ਨਾਲ ਭਰਾਵਾਂ ਦੇ ਵੱਲੋਂ ਫਰੰਦੀਪੁਰੀ ਗੋਪੀ ਦੇ 3 ਜੱਫਿਆਂ ਦੇ ਦਿੱਤਾ ਜਾਵੇਗਾ ਵੱਡੇ ਪਿਆਰ ਵੱਡੇ ਮਾਣ ਹੋਣਗੇ ਮੇਰੇ ਮਿੱਤਰੋ ਮੇਲਾ ਸੰਤਸਰ ਮੈਸੋਪੁਰ ਦੀ ਧਰਤੀ ਤੇ ਚੱਲਦਾ 5ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਵੱਡੀਆਂ ਰੌਣਕਾਂ ਲੱਗੀਆਂ ਸਾਬਾ ਬਾਗੜੀਆਂ ਵਾਲਾ ਕਦੇ ਸੱਜੇ ਕਦੇ ਖੱਬੇ ਵੱਧ ਕੇ ਟਰਾਈ ਕਰਦਾ ਉਹ ਘੜੀਆਂ ਟਾਈਮ ਦੱਸਦੀਆਂ ਹਾਦਸੇ ਨਹੀਂ ਉਹ ਬੇਗੀਆਂ ਥੱਲੇ ਗੋਲੇ ਲੱਗਦੇ ਆ ਨਾਰਿਆ ਬਾਦਸ਼ਾਹ ਨਹੀਂ ਆ ਬਾਦਸ਼ਾਹ ਨੇ ਪੁਆਇੰਟ ਰੇਡਰ ਦੇ ਸੇ ਧਾਵੀ ਦੇ ਸੇ ਕੀਪਾ ਤਿੰਮੋ ਵਾਲੀਆ ਫੇਰ ਆ ਗਿਆ ਮੇਰੇ ਮਿੱਤਰ
ਮਿਸਲ ਸਿੰਘ ਦਾ ਤਰਨਾ ਦਲ ਦੇ ਮਹਾਂਪੁਰਸ ਸੋਹਣੇ ਮੁਖੀ ਬਾਬਾ ਜੋਗਾ ਸਿੰਘ ਜੀ ਹੋਣਾ ਦਾ ਆਹ ਚਰਨ ਸੇਵਕ ਆ। ਪਹਿਲੇ ਗੱਲ ਗੱਲ ਚੱਲੀ ਮਹਾਂਪੁਰਸ ਬਾਬਾ ਬਿਸ਼ਨ ਸਿੰਘ ਜੀ, ਬਾਬਾ ਕੀਰਤਨ ਸਿੰਘ ਹੋਣਾ ਦੀ, ਮਹਾਂਪੁਰਸ ਬਾਬਾ ਮੱਖਣ ਸਿੰਘ ਜੀ, ਬਾਬਾ ਗੱਜਣ ਸਿੰਘ ਹੋਣਾ ਦੀ, ਉਹਨਾਂ ਦੇ ਚਰਨ ਸੇਵਕ ਦੇਖਾਂਗੇ। ਇਹ ਚੌਂ ਵੀਰਾਂ ਦੀ ਗੱਲ ਚੱਲਦੀ ਆ। ਇਹ ਤਿੰਮੋ ਵਾਲੀ ਆ ਕੀਪਾ ਗੋਰੀ ਤਿੰਮੋਵਾਲ ਸਾਬਾ ਮੇਰੇ ਮਿੱਤਰੋ ਫਾਜ਼ਿਲਪੁਰ ਤਿਆਓ ਦੇਖਦੇ ਵੀ ਰਤਨਗੜੀਆ ਸੋਢੀ ਨਿਊਜ਼ੀਲੈਂਡ ਦੀਆਂ ਖੇਡ ਗਰਾਊਂਡਾਂ ਦਾ ਸ਼ਿੰਗਾਰ। ਕਬੱਡੀ ਪੌਲੀ ਦੇਖਾਂਗੇ ਉਧਰਲੇ ਪਾਸੇ ਵੀ ਫਰੰਦੀ ਪ੍ਰੀਆ। ਲਓ ਸਾਹਮਣੇ ਆ ਮੁੰਡਾ ਮੇਰੇ ਵੀਰੋ ਗੁਰਦੇਵ ਫਰੰਦੀ ਪ੍ਰੀਆ, ਉੱਚਾ ਲੰਮਾ ਗੱਭਰੂਆ, ਆਹ ਵੇਖਾਂਗਾ ਰੇਡ ਪਾਉਂਦੇ ਵਧਿਆ ਹੋਇਆ। ਉੱਚਾ ਲੰਮਾ ਗੱਭਰੂ ਹੈ, ਚਾਰ ਗੱਭਰੂ ਮਲਕੀਤ ਆ ਜਫਾ ਲਾਉਣ ਦੇ ਵਿੱਚ ਕਾਮਯਾਬ ਹੋ ਗਿਆ। ਮਲਕੀਤ ਨੇ ਬੱਲੇ ਬੱਲੇ ਕਰਾਤੀ ਹੈ ਫਰੰਦੀ ਪ੍ਰੀਆ। ਇੱਕ ਪਾਸਾ ਕਰਨਾ ਪੈਣਾ ਉਹ ਪੱਪਿਆ, ਇੱਕ ਪਾਸਾ ਕਰਨਾ ਪੈਣਾ ਭੰਗਾਲੇ ਵਾਲਾ ਸੁੱਖ ਆ ਦੁਨੀਆ ਦੇ ਚੋਟੀ ਦੀ ਜਾਫ ਲੈਣਾ, ਪਰ ਸਾਹਮਣੇ ਇਹਨੂੰ ਪੱਪਾ ਕਹਿੰਦੇ ਆ। ਧਰਤੀ ਦਾ ਖਿਡਾਰੀ ਹੈ, ਹਾਫ ਟਾਈਮ ਦੇ ਤੁਹਾਨੂੰ ਦੇਸੀ ਘਿਓ ਦੇ ਪੀਪੇ ਦੇ ਨਾਲ ਵੱਡਾ ਸਨਮਾਨ ਕੀਤਾ ਜਾਵੇਗਾ। ਸਾਡਾ ਭਰਾ ਹਰੀ ਜੀ ਦੇ ਸਿਰ ਵੱਡੀਆਂ ਜ਼ਿੰਮੇਵਾਰੀਆਂ ਸੀ ਪ੍ਰਬੰਧਕ ਵੀਰਾਂ ਦੇ ਵੱਲੋਂ। ਮੰਨਾ ਢਿੱਲੋਂ ਵੀ ਸਾਡਾ ਵੀਰ ਟੈਨਸ਼ਨਾਂ ਵਾਲੇ ਹੀ ਫਿਰਦਾ ਸੀ, ਪਰ ਸਾਰੇ ਵੀਰਾਂ ਨੇ ਬੈਠੀ ਟੈਨਸ਼ਨਾਂ ਦੂਰ ਕਰ ਦਿਓ, ਪ੍ਰਮਾਤਮਾ ਨੇ ਸੁਣੀਆਂ, ਬੜੇ ਵਧੀਆ ਖਿਡਾਰੀ ਪਹੁੰਚੇ ਨੇ ਅੱਜ ਆਓ ਮੈਸੋਪੁਰ ਦੀ ਧਰਤੀ ਤੇ ਤਕੜਾ ਮੁਕਾਬਲਾ ਖੇਡਿਆ ਜਾ ਰਿਹਾ। ਆਓ ਮੈਸੋਪੁਰ ਦੀ ਧਰਤੀ ਆ, ਪੰਮਾ ਪੰਜਾਬ ਪੁਲਿਸ ਵਾਲਾ ਟੌਪ ਦੀਆਂ ਰੇਡਾਂ ਪਾ ਗਿਆ, ਉਹ ਪੰਜਾਬ ਦੇ ਟੌਪ ਦੇ ਕੱਪਾਂ ਦੇ ਵਿੱਚ ਉਹਦਾ ਨਗਰ ਆ, ਪਰ ਸਾਹਮਣੇ 16 ਵਾਲਾ ਹਿੰਦਾ ਤੇ ਦੂਜੇ ਪਾਸੇ ਖਜਾਲੇ ਵਾਲਾ ਅਜਮੇਰ ਪਾਇੰਟ ਰੇਡਰ ਦੇ ਹਿੱਸੇ ਧਾਰੀ ਦੇ ਹਿੱਸੇ ਜੁੜਦਾ ਹੋਇਆ। ਅਗਲੀ ਰੇਡ ਆ ਮੁੰਡੇ ਦਾ ਠੁਕਰੀ ਪਿੰਡ ਹੈ, ਇਹ ਪੰਡਤਾਂ ਦਾ ਮੁੰਡਾ ਹੈ, ਇਹ ਬਾਹਮਣ ਜੱਟ ਆ ਮੇਰੇ ਵੀਰੋ, ਇਹ ਪੰਡਤ ਆ, ਇਹ ਠੁਕਰੀ ਵਾਲਾ ਪ੍ਰਦੀਪ ਪੰਡਤ ਕਬੱਡੀ ਪਾਉਂਦਾ ਫਰੰਦੀ ਪ੍ਰੀਆ। ਕਰ ਚੈੱਕ ਮੁੰਡੇ ਦੇ ਸਰੀਰ 'ਚ ਕਿੰਨੀ ਕੁ ਜਾਨ ਆ, ਰੱਖ ਧੌਣ ਤੇ ਹੱਥ, ਪਰ ਇੱਕ ਪਾਸੇ ਭੰਗਾਲੇ ਵਾਲਾ ਆ ਸੁੱਖ ਲੱਗਦਾ ਹੋਇਆ ਜੱਫਾ, ਇਹ ਭੰਗਾਲੇ ਵਾਲਾ ਸੁੱਖ ਆ, ਪਰ ਕਿੱਥੇ 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 ਹੁਣ ਨਹੀਂ ਛੱਡਣਾ ਤੇ ਕੰਗਣਾ ਅਸਾਂ ਤੈਨੂੰ ਨਹੀਂ ਛੱਡਣਾ। ਪਾਇੰਟ ਭੰਗਾਲੇ ਵਾਲੇ ਸੁੱਖ ਨੇ ਲਾ ਜੱਫਾ, ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਪਣਤਾ, ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਪਿਆਰ ਵੀ ਇਦਾਂ ਦਾ ਹੋਵੇ ਕਮਲਿਓ ਜਿਵੇਂ ਅੱਖਾਂ ਤੇ ਹੱਥਾਂ ਦਾ ਹੁੰਦਾ ਹੈ। ਦਿਲ ਤੇ ਸੱਟ ਵੱਜਦੀ, ਅੱਖਾਂ ਚੋਂ ਹੰਝੂ ਨਿਕਲਦੇ ਤਾਂ ਹੱਥ ਸਾਫ ਕਰਦੇ ਆ, ਪਿਆਰ ਵੀ ਇਦਾਂ ਦਾ ਹੋਵੇ। ਪਿਆਰ ਦੀ ਖੇਡ ਪਿਆਰ ਨਾਲ ਖੇਡਣੀ ਹੈ। ਕੋਈ ਗੱਲ ਨਹੀਂ ਪੜਤਾ, ਕੋਈ ਗੱਲ ਨਹੀਂ ਪੜਤਾ, ਇੱਕੋ ਰਸਤੇ ਹੈ, ਇੱਕੋ ਹੀ ਗਰਾਊਂਡਾਂ ਹੈ, ਇਕੱਠਿਆਂ ਰਹਿਣਾ, ਇਕੱਠਿਆਂ ਆਉਣਾ, ਇਕੱਠਿਆਂ ਜਾਣਾ, ਫਿਰ ਗੁੱਸਾ ਕਿਹੜੀ ਗੱਲ ਦਾ ਹੈ। ਇਹ ਕਿਹੜਾ ਕੁੰਭ ਦਾ ਮੇਲਾ ਹੈ ਜਿਹੜਾ 12 ਸਾਲ ਬਾਅਦ ਆਉਣਾ, ਦੂਜੀ ਵਾਰੀ ਤੂੰ ਫੈਨ ਕੱਢਦੀ ਉਧਰ। ਸਾਡੀ ਮੇਲਾ ਪ੍ਰਬੰਧਕ ਕਮੇਟੀ ਵਾਰ ਵਾਰ ਬੇਨਤੀ ਕਰ ਰਹੀ ਆ ਵੀ ਫਰੰਦੀਪੁਰ ਜਿਹੜੀ ਟੀਮ ਖੇਡ ਦੇ ਵਿੱਚ ਹਰੀ ਵੀ ਆ ਕੇ ਲੱਗੇ, ਹਰੀ ਇਸ ਨਗਰ ਦਾ ਮਾਣ ਆ। ਇੱਕ ਪਾਸੇ ਟੀਮ ਫਰੰਦੀਪੁਰ ਜਿਹੜੀ ਸਪੌਂਸਰ ਕੀਤੀ ਹਰੀ ਭਰਾ ਦੀ ਜ਼ਿੰਮੇਵਾਰੀ ਸੀ, ਦੂਜੇ ਪਾਸੇ ਮੰਨੇ ਢਿੱਲੋਂ ਭਰਾ ਦੀ ਜ਼ਿੰਮੇਵਾਰੀ। ਪਰ ਮਿੱਤਰੋ ਹਰੀ ਨੂੰ ਬੇਤੀ ਵੀ ਜਾਫ ਲੈਣ ਦੇ ਵਿੱਚ ਲੱਗੇ ਪ੍ਰਬੰਧਕ ਵੀਰ, ਮੰਗ ਕਰ ਰਹੇ ਨੇ। ਲਓ ਕਬੱਡੀ ਭੈ ਰਹੀ ਆ, ਸਾਹਮਣੇ ਪਾਸੇ ਚਾਰ ਨੇ ਤੇ ਚੌਹਾਂ ਦੇ ਵਿੱਚ ਦੇਖਾਂਗੇ ਰਤਨਗੜੀਆ ਸੋਢੀ ਕੇ ਮਿੱਟੀ ਨਾਲ ਸਰੋਲ ਹੋ ਗਿਆ ਨਹੀਂ ਲੱਭਣੇ ਲਾਲ ਗਵਾਜੇ ਪਾਲ। ਮੈਂ ਬੇਨਤੀ ਕਰਾਂ ਜਿਹੜੇ ਨਹੀਂ ਖੇਡ ਰਹੇ ਐਕਸਟਰਾ ਪਲੇਅਰ, ਉਹ ਥੋੜ੍ਹੇ ਜਿਹੇ ਸਾਈਡ 'ਤੇ ਹੋ ਜਾਓ, ਪਿੱਛੇ ਪਿੱਛੇ ਹਰ ਜਾਓ ਮੇਰੇ ਵੀਰ। ਲਾਈਵ ਦਿਖਾਇਆ ਜਾ ਰਿਹਾ ਆਹ ਦੀਪ ਹੈ ਸ਼ਿਕਾਰ ਮਾਸੀਆਂ ਵਾਲਾ,
ਆਹ ਦੁਨੀਆ ਦੇ ਚੋਟੀ ਦੇ ਸਟਾਰਾਂ ਦੇ ਵਿੱਚ ਨਾਂ ਵੱਡਾ ਹੈ। ਇੱਕ ਪਾਸੇ ਫਰਦੀ ਪ੍ਰਿਆ ਗੋਪੀ ਹੈ, ਆਹ ਵਾ ਚੋਲੇ ਵਾਲਾ ਜੱਗੂ ਮੇਰੇ ਵੀਰੋ ਇੱਕ ਡਾ ਕੇ ਖੜ ਗਿਆ, ਆਹ ਵਿੱਚ ਗਲੀ ਦੇ ਹੋ ਕੇ ਟੱਕਰੇ ਖੜ ਗਿਆ, ਬਾਹੋਂ ਫੜ ਕੇ ਪਾਣੀ ਪਾਣੀ ਹੋ ਗਈ ਮਿੱਤਰਾ, ਧੱਕ ਧੱਕ ਸੀਨਾ ਧੜਕੇ ਖੜਕੇ ਮਿੱਤਰਾ। ਸੋਰੀ ਮੇਰੇ ਕੋਲ ਨਾਲ ਮਿਸਟੇਕ ਹੋਈ, ਢੋਲੀ ਨੂੰ ਬੇਨਤੀ ਆ ਉਹ ਜਾਫਲੈਂਡ ਵਿੱਚ ਲੱਗੇ ਢੋਲੀ, ਆਵੇ ਖੇਡ ਗਰਾਊਂਡ ਦੇ ਵਿੱਚ ਢੋਲੀ ਨੂੰ ਬੇਨਤੀ ਜਾਫਲੈਂਡ ਵਿੱਚ ਲੱਗੇ। ਪ੍ਰਬੰਧਕ ਵੀਰ ਮੰਗ ਕਰਦੇ ਨੇ ਆਹ ਮੁੰਡਾ ਜ਼ਿਲ੍ਹੇ ਕਪੂਰਥਲੇ ਤੋਂ ਲੰਮਾ ਪੈਂਡਾ ਤੈਅ ਕਰਕੇ ਜੇ ਮਹਿਸਮਪੁਰ ਪੁੱਜਿਆ। ਇੰਦਰਜੀਤ ਨਾਮਾ ਮੈਂ ਮਿੱਤਰੋ ਡਡਵਿੰਡੀ ਪਿੰਡ ਆ ਜਿੱਥੋਂ ਦੇ ਸੁਮਿੱਤਰ ਸਿੰਘ ਦੇ ਚਰਚੇ ਪੰਜਾਬ ਪੁਲਿਸ ਵਿੱਚ ਚੱਲਦੇ ਤੇ ਆਓ ਸਾਹਮਣੇ ਪਾਸੇ ਟੀਮ ਦਾ ਕਪਤਾਨ ਰਸਾਲ ਸਿੰਘ ਜੀ ਸਾਲੂ ਨੜਾਂ ਵਾਲੀ ਆ ਮੈਂ ਮਿੱਤਰੋ ਰੱਖਦਾ ਧੌਣ ਉੱਖੜਦੇ ਪੈਰ ਕਬੱਡੀ 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 ਕੇ ਗੱਡੀ ਪੁੱਜ ਗਈ ਟੇਸਣ ਤੇ ਨਵੇਂ ਪਿੰਡਾ ਰਾਜਾ ਖੇਲਾ ਆ ਲਿਖਦਾ ਕੋਕੇ ਜੜ ਜੜ ਕੇ, ਨਵੇਂ ਪਿੰਡਾ ਰਾਜਾ ਖੇਲਾ ਉਹ ਲਿਖਦਾ ਕੋਕੇ ਜੜ ਜੜ ਕੇ। ਐਕਟਰਾ ਸੱਜਣ ਜਿਹੜੇ ਨੇ ਉਹ ਹੋ ਜਾਓ ਸਾਈਡ ਤੇ ਮੇਰੇ ਵੀਰੋ। ਉਧਰ ਸਾਡੇ ਦਰਮਿਆਨ ਰਸਪਾਲ ਸਿੰਘ ਜੀ ਜੱਬੋਵਾਲ ਤੋਂ ਬੰਬੇ ਵਾਲੇ ਪਹੁੰਚਣ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾ ਰਿਹਾ। ਰਸਪਾਲ ਸਿੰਘ ਜੀ ਜੱਬੋਵਾਲ ਬੰਬੇ ਵਾਲੇ ਪਹੁੰਚਣ ਵਿਸ਼ੇਸ਼ ਤੌਰ ਤੇ ਬਹੁਤ ਬਹੁਤ ਧੰਨਵਾਦ। ਮਹਾਂਪੁਰਸ਼ਾਂ ਦੇ ਚਰਨ ਸੇਵਕ ਨੇ। ਸੋ ਚੱਲਦੇ ਹੋਏ ਮੈਚ ਦਾ ਅੱਧਾ ਸਮਾਂ ਬੀਤਦਾ ਹੋਇਆ ਆਕਾਸ਼ਦੀਪ ਮੇਰੇ ਵਿੱਚ ਪੰਮੇ ਨਵਾਜੀ ਨੜਾਂਵਾਲੀ ਦੇ ਅੰਕ ਨੇ ਸੰਤ ਬਾਬਾ ਮਾਣ ਵਾਲੀ ਗੱਲ ਹੈ, ਬੜੀ ਕਰੀਬੀ ਰਿਸ਼ਤੇਦਾਰੀ ਹੈ ਦਿੱਲੇ ਸਾਡੇ ਭਰਾ ਦੇ ਨਾਲ ਭਾਣ ਜਾਵਾ ਆਕਾਸ਼ਦੀਪ ਆਉਣ ਵਾਲੇ ਔਰ ਸਭ ਦੇ ਵਿੱਚ ਜਿਹੜਾ ਹੈ ਦੁਨੀਆ ਦੇ ਸੁਪਰ ਸਟਾਰਾਂ ਦੇ ਆਕਾਸ਼ਦੀਪ ਦਾ, ਕਿਉਂਕਿ ਕਹਿੰਦਾ ਜਿੱਥੇ ਮਾਮੇ ਭਣੇਵੇਂ ਵਾਲਾ ਰਿਸ਼ਤਾ ਉੱਥੇ ਉਸਤਾਦਾਂ ਵਾਲਾ ਗੁਰੂਆਂ ਵਾਲਾ ਰਿਸ਼ਤਾ ਹੈ। ਤੇ ਬਹੁਤ ਵੱਡਾ ਮਾਨ ਸਨਮਾਨ ਅੱਜ ਜਿਹੜਾ ਦੇਸੀ ਘਿਓ ਦਾ ਟੀਮ ਦਿੱਤਾ ਜਾ ਰਿਹਾ। ਨਾਰੇ ਭਰਾ ਨੂੰ ਬੇਨਤੀ ਹੈ, ਨਾਰੇ ਵੀਰ ਆ ਜਾ ਤੂੰ ਵੀ ਮੇਰਾ ਵੀਰ ਆਕਾਸ਼ਦੀਪ ਮੇਰੇ ਵੀਰੋ ਪੰਮੇ ਨਵਾਜੀ ਪਰ ਵੱਲੋਂ ਤੇ ਲੀਗ ਦੇ ਵਿੱਚ ਸਰਬੋਤਮ ਰਿਹਾ ਹੈ ਤੇ ਅੱਜ ਜਿਹੜਾ ਦੇਸੀ ਘਿਓ ਦਾ ਟੀਨ ਹੈ ਉਹ ਮਾਨ ਸਨਮਾਨ ਵਜੋਂ ਦਿੱਤਾ ਜਾ ਰਿਹਾ। ਬਿੱਲੇ ਦਾ ਨਾਂ ਵੱਡਾ ਮੇਰੇ ਵੀਰੋ ਔਰ ਜੰਗ ਡਾਕਟਰ ਵੱਲੋਂ ਜਿਹੜਾ ਮਾਨ ਸਨਮਾਨ ਉਹ ਕੀਤਾ ਜਾ ਰਿਹਾ ਮੇਰੇ ਵੀਰੋ ਦੇਸੀ ਘਿਓ ਦਾ ਟੀਨ ਤੇ ਨਾਲ ਸਾਡੇ ਭਰਾ ਬਿੱਲੇ ਨੇ ਵੱਡੇ ਮਾਨ ਸਨਮਾਨ ਆਪਣੇ ਭਾਣਜੇ ਨੂੰ ਔਰ ਪੱਠੇ ਨੂੰ ਕਹਿ ਦਈਏ ਬੱਚੇ ਨੂੰ ਕਹਿ ਦਈਏ ਉਹ ਪਿਆਰ ਵੀ ਦਿੱਤਾ ਜਿਹਾ ਤੇ ਦੇਸੀ ਘਿਓ ਦਾ ਟੀਨ ਖਾ ਕੇ ਨੌਜਵਾਨਾਂ ਤਗੜਾ ਹੋਣਾ ਹੈ। ਹਾਂਜੀ ਨਾਲ ਹੀ ਮੰਨੇ ਢੱਲੋ ਨੂੰ ਬੇਨਤੀ ਹੈ ਜਿਹੜੀ ਚੀਜ਼ ਦੀ ਲੋੜ ਉਹ ਵੀ ਆਪਣਾ ਮਾਨ ਸਨਮਾਨ ਪ੍ਰਾਪਤ ਕਰ ਲਏ ਮੰਨਾ ਢੱਲੋ ਉਸ ਵੀਰ ਨੂੰ ਬੇਟੇ ਦੇ ਕੱਪ ਨਾਲ ਸਨਮਾਨ ਕੀਤਾ ਜਾਣਾ ਢੋਲੀ ਦੇ ਪਰਿਵਾਰਾਂ ਦੇ ਵੱਲੋਂ ਉਹ ਵੀ ਆਪਣਾ ਮਾਨ ਸਨਮਾਨ ਪ੍ਰਾਪਤ ਕਰ ਲਏ ਮੰਨੇ ਬਈ ਹੁਣੇ ਕਰਾਉਣਾਗੇ ਬਾਅਦ ਦੇ ਵਿੱਚ। ਹਾਂਜੀ ਮਾਨ ਤੇ ਸਨਮਾਨ ਬਹੁਤ ਤਕੜਾ ਮੁਕਾਬਲਾ ਜਿਹੜਾ ਖੇਡ ਗਰਾਊਂਡ ਦੇ ਵਿੱਚ ਖੇਡਿਆ ਜਾ ਰਿਹਾ ਹੈ। ਕਰਾ ਦਿਓ ਨਾਲ ਹੀ ਬਾਈ ਮੰਨਾ ਆ ਗਿਆ ਕਰਾ ਦਿਓ ਨਾਲ ਹੀ ਸਨਮਾਨ। ਉੱਧਰ ਹਰੀ ਕਨੇਡਾ ਜਰਮਨ ਦੇਵੀ ਹਰਮਨ ਕਨੇਡਾ ਸਵਰਗ ਵਾਸੀ ਗੁਰਪਿੰਦਰ ਸਿੰਘ ਜੀ ਪਿੰਦਾ ਸੇਠੀ ਸਾਊਦੀ ਅਰਬ ਯੋਵਨ ਫੌਜੀ ਵੱਲੋਂ ਜਿਹੜੀ ਆਹ ਮੈਚ ਦੀ ਜੇਤੂ ਟੀਮ ਹੋਵੇਗੀ 7100 ਰੁਪਇਆ ਦੇ ਕੇ ਵੱਡੇ ਸਨਮਾਨ ਕੀਤੇ ਜਾਣਗੇ। ਪਿਆਰ ਇਹ ਮਾਣ ਹੋਵੇਗਾ ਟੀਮਾਂ ਨੂੰ ਬੇਨਤੀ ਵੀ ਨੋਟ ਕਰ ਲੈਣ ਬਹੁਤ ਵੱਡੇ ਮਾਣ ਦਿੱਤੇ ਜਾਣਗੇ। ਚੱਲਦੇ ਹੋਏ ਮੈਚ ਦੇ ਅੱਧੇ ਸਮੇਂ ਦੇ ਵਿੱਚ ਬਾਬਾ ਵਿਧੀ ਚੰਦ ਕਬੱਡੀ ਕਲੱਬ ਫਰੰਦੀਪੁਰ ਦੇ ਅੰਕ ਨੇ 16.5 ਤੇ ਸੰਤ ਬਾਬਾ ਹਜ਼ਾਰਾ ਸਿੰਘ ਕਬੱਡੀ ਕਲੱਬ ਨੜਾਂਵਾਲੀ ਦੇ ਅੰਕ ਨੇ 20। 16.5 ਤੇ 20 ਦੇ ਦਰਮਿਆਨ ਅੱਧਾ ਸਮਾਂ ਖੇਡੀਆਂ ਨੇ ਦੋਨੇ ਟੀਮਾਂ।
ਉਧਰ ਪ੍ਰਭਦੀਪ ਕਨੇਡਾ ਮੇਰੇ ਵੀਰਿਓ 5500 ਰੁਪਈਆ ਜਿੱਤਣ ਵਾਲੀ ਟੀਮ ਦੇ ਵਿੱਚ ਮੁੰਡਿਆਂ ਦੇ ਲਈ ਹੋਣਾ ਹੈ। ਔਰ ਸਤਿੰਦਰਪਾਲ ਸਿੰਘ ਜੀ ਯੂਰਪ ਤੇ ਗੁਰਪ੍ਰੀਤ ਯੂਰਪ, ਸਾਬਕਾ ਸਰਪੰਚ ਜਗਿੰਦਰ ਸਿੰਘ ਜੀ, ਉਹਨਾਂ ਵੱਲੋਂ 11000 ਜੇਤੂ ਟੀਮ ਨੂੰ ਦਿੱਤਾ ਜਾਵੇਗਾ ਮੇਰੇ ਵੀਰਿਓ। ਉਧਰ ਇੱਕ ਸਨਮਾਨ ਢੋਲੀ ਦੇ ਸਮੋਰੇ ਵੀਰਾਂ ਦੇ ਵੱਲੋਂ, ਸਾਰੇ ਕਬੱਡੀ ਦੀ ਟੀਮ ਦੇ ਵੱਲੋਂ ਮਨੇ ਢਿੱਲੋਂ ਦਾ ਸਨਮਾਨ ਸੁੰਦਰ ਕੱਪ ਨਾਲ ਕੀਤਾ ਜਾਵੇਗਾ, ਨਾਲ ਗੁਰੂ ਘਰ ਦੀ ਸਾਰੀ ਟੂਰਨਾਮੈਂਟ ਪ੍ਰਬੰਧਕ ਕਮੇਟੀ। ਆਓ ਜੀ ਮਾਨ ਸਨਮਾਨ ਕਰ ਲਈਏ। ਉਧਰ ਨਾਲ ਸਾਡਾ ਵੀਰ ਵਰਿੰਦਰ ਕਨੇਡਾ ਆਖਦਾ ਵੀ ਜਿਹੜਾ 7500 ਦਿੱਤਾ ਜਾਣਾ ਸੀ 9900 ਕਰ ਦਿਓ, ਜਿਹੜੀ ਮੈਚ ਦੀ ਜੇਤੂ ਟੀਮ ਹੋਊਗੀ ਉਹਨੂੰ 9900 ਦਿੱਤਾ ਜਾਵੇਗਾ। ਕਨੇਡਾ ਵੱਲੋਂ ਮਨੇ ਢਿੱਲੋਂ ਦਾ ਸਰਦੀਪ੍ਰੀਏ ਗੋਪੀ ਦੇ 3 ਜੱਫੇ 11000 ਦੇ ਹੈ। ਉਹ ਫਰੰਦੀਪ੍ਰੀਏ ਗੋਪੀ ਦੇ 3 ਜੱਫੇ ਗਗਨ ਜੂਕੇ ਵੱਲੋਂ ਮੇਰੇ ਵੀਰੇ ਹੋ ਆਰ 11000 ਦੇ ਹੋਣਗੇ। ਸਾਡਾ ਚੇਂਜ ਹੈ ਪਰ ਮੈਨੂੰ ਲੱਗਦੀ ਗੱਲ ਰਤਨਗੜੀਆ ਸੋਢੀ ਅੱਜ ਕੁੱਤੀਆਂ ਘੀਰਿਆਂ ਦੇ ਚਾਰ ਨੂੰ ਫਿਰਦਾ, ਪਰ ਮਾਲਕਾ ਮਿਹਰ ਕਰੀ ਸੱਚੇ ਪਾਤਸ਼ਾਹ ਕਦੇ ਸੱਟ ਪਿੜ ਨਾ ਲੱਗੇ ਸੱਚੇ ਪਾਤਸ਼ਾਹ ਕਿਰਪਾ ਕਰੀ ਮਿਹਰ ਕਰੀ ਸੱਚੇ ਪਾਤਸ਼ਾਹ ਪਿਆਰ ਨਾਲ ਪਿਆਰ ਨਾਲ ਕਿਰਪਾ ਕਰੀ ਸੱਚੇ ਪਾਤਸ਼ਾਹ ਬਚਾਵ ਆ, ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਬਚਾਵ ਆ, ਗੁਰੂ ਰਾਮਦਾਸ ਦੀ ਕਿਰਪਾ ਦੇ ਨਾਲ। ਇਹ ਸੰਤਾਂ ਮਹਾਂਪੁਰਖਾਂ ਦੀ ਪਾਵਣ ਪਵਿੱਤਰ ਧਰਤੀ ਹੈ, ਸੋ ਕਦੇ ਤੱਤੀ ਵਾਹ ਨਹੀਂ ਲੱਗਣ ਦਿੰਦਾ ਇਸ ਪਾਵਣ ਪਵਿੱਤਰ ਧਰਤੀ 'ਤੇ। ਮਿਹਰ ਭਰਿਆ ਹੱਥ ਰੱਖੀ ਸੱਚੇ ਪਾਤਸ਼ਾਹ, ਕਿਰਪਾ ਸੱਚੇ ਪਾਤਸ਼ਾਹ ਦੀ। ਠੀਕ ਆ ਜੀ, ਵਾਹਿਗੁਰੂ ਨੇ ਮਿਹਰ ਕੀਤੀ ਹੈ ਸੱਚੇ ਪਾਤਸ਼ਾਹ ਨੇ। ਉਧਰ ਵਰਿੰਦਰਪਾਲ ਕਨੇਡਾ ਤੋਂ, ਜਿਨ੍ਹਾਂ ਵੱਲੋਂ ਕਹਿੰਦੇ ਪਹਿਲਾਂ ਜਨਰੇਟਰ ਦੀ ਸੇਵਾ ਕੀਤੀ ਗਈ, ਅੱਜ ਵੀ ਖੇਡ ਮੇਲੇ ਲਈ 10000 ਰੁਪਏ ਦੇ ਵੱਡੇ ਸਹਿਯੋਗ ਨੇ। ਪੋਤਰਾ ਸਰਦਾਰ ਦਿਆਲ ਸਿੰਘ ਜੀ, ਵਿਸ਼ੇਸ਼ ਤੌਰ 'ਤੇ ਧੰਨਵਾਦ ਵਰਿੰਦਰਪਾਲ ਕਨੇਡਾ ਤੋਂ, ਪੋਤਰਾ ਡਾਕਟਰ ਦਿਆਲ ਸਿੰਘ ਜੀ, ਜਿਨ੍ਹਾਂ ਵੱਲੋਂ 10000 ਭੇਜਿਆ ਗਿਆ। ਪਹਿਲਾਂ ਵੀ ਜਨਰੇਟਰ ਦੀ ਸੇਵਾ ਕੀਤੀ ਹੈ, ਕਹਿੰਦੇ ਜੋ ਵੀ ਕਮੇਟੀ ਅਗਲੇ ਸਾਲ ਆਖੂ ਉਹੀ ਸਹਿਯੋਗ ਦੇ ਦਿਆਂਗੇ। ਵਾਹਿਗੁਰੂ ਮਿਹਰ ਕਰੇ ਸਾਰੇ ਪ੍ਰਦੇਸੀ ਭਰਾਵਾਂ ਦੇ ਉੱਪਰ, ਜਿਉਂਦੇ ਵਾਸ ਰਹਿਣ ਪ੍ਰਦੇਸੀ ਵੀਰੋ, ਤੁਹਾਡੇ ਸਿਰ 'ਤੇ ਮੇਲੇ ਲੱਗਦੇ ਨੇ, ਇਹ ਰੌਣਕਾਂ ਤੁਹਾਡੇ ਆਸਰੇ ਲੱਗਦੀਆਂ ਨੇ। ਜਿੰਨੇ ਵੀ ਵੀਰ ਨੇ ਸਾਰਿਆਂ ਦਾ ਧੰਨਵਾਦ ਆ। ਲੱਖੇ ਭਰਾ ਦੀ ਲੱਗੀ ਹੋਈ ਸਾਊਂਡ ਆ, ਉਚਲਾਂ ਵਾਲੇ ਅੱਪੀ ਦਾ ਲੱਗਦਾ ਹੋਇਆ ਜੱਫਾ, ਆਹ ਬਿੱਕੇ ਭੰਗਾਂ ਵਾਲੇ ਦੀ ਕਬੱਡੀ 'ਤੇ, ਆਹ ਦੇਖਾਂਗੇ ਗਰਾਊਂਡ ਮੈਸਮ ਭਰਦੀ ਜਵਾਨੀ ਭਿੜਦੀ, ਬੰਦੇ 'ਚ ਬੰਦਾ ਭੱਜਦਾ ਮੇਰ ਮਿੱਤਰੋ, ਆਹ ਦੇਖਾਂਗੇ ਮੁਕਾਬਲਾ ਮੁਕਾਬਲਾ ਕਿ ਜੱਟ ਦਾ ਮੁਕਾਬਲਾ, ਉਹ ਦੱਸ ਮੈਨੂੰ ਕਿੱਥੇ ਆ ਉਹ ਜੱਟ ਦਾ ਮੁਕਾਬਲਾ। ਪਰ ਆਹ ਦੇਖਾਂਗੇ ਸਾਹਮਣੇ ਪਾਸੇ ਮੁੰਡੇ ਨੇ ਚੱਕੇ ਜਾਮ ਕਰਤੇ ਇਸ ਵੇਲੇ ਖੇਡ ਮੈਦਾਨ ਦੇ ਵਿੱਚ, ਕਿ ਗੱਭਰੂ ਨੇ ਰੇਲ ਡੱਕ ਲਈ ਅੱਗੇ ਸੁੱਟ ਕੇ ਕਿੱਕਰ ਦਾ ਮੋਛਾ, ਆਹ ਗੱਭਰੂ ਨੇ ਰੇਲ ਡੱਕ ਲਈ ਹਿੰਦੇ ਦੀ ਕਬੱਡੀ ਤੇ ਬੋਲ ਵੀਰ। ਉਧਰ ਯਰਮਨਜੀਤ ਸਿੰਘ ਜੀ ਪੁਰਤਗਾਲ ਤੇ ਕਰਮਜੀਤ ਸਿੰਘ ਜੀ USA, ਔਰ ਮੇਰੇ ਵੀਰੋ ਸਾਬਕਾ ਸਰਪੰਚ ਸਰਦਾਰ ਬਲਵਿੰਦਰ ਸਿੰਘ ਜੀ, ਉਹ ਕਹਿੰਦੇ ਨੇ ਇਹਨਾਂ ਦੀ ਦੋਨਾਂ ਦੀ ਔਰ ਪਰਮਾਤਮਾ ਆਸ ਮੁਰਾਦ ਪੂਰੀ ਕਰੇ, ਅਗਲੇ ਸਾਲ ਸਾਰੀ ਕਬੱਡੀ ਜਿਹੜੀ ਹੈ ਉਹ ਸਾਡੇ ਸਿਰ ਤੋਂ ਹੋਵੇਗੀ, ਇਹਨਾਂ ਬੱਚਿਆਂ ਦੇ ਸਿਰ ਤੋਂ ਹੋਵੇਗੀ। ਮਾਲਕਾ ਉਹ ਜਿਹੜੀ ਮਨ ਦੀ ਤਮੰਨਾ ਕਰ ਕਿਰਪਾ, ਅਗਲੇ ਸਾਲ ਇੱਕ ਤਕੜਾ ਕੱਪ ਹੋਵੇ ਆਹ ਕੀਪਾ ਤਿੰਮੋਵਾਲ ਦੀ ਧਰਤੀ ਦਾ, ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਮੇਰੇ ਵੀਰੋ। ਉਧਰ 4-3 ਜੱਫੇ 11000 ਦੇ ਸੰਦੀਪ੍ਰੀਏ ਗੋਪੀ ਦੇ, ਵਰਿੰਦਰ ਕਨੇਡਾ, ਹਰਕਿਰਤ ਢਿੱਲੋਂ, ਯਰਮਨ ਢਿੱਲੋਂ ਨੇਵੀ ਤੇ ਸਵਰਗਵਾਸੀ ਗੁਰਪਿੰਦਰ ਢਿੱਲੋਂ, ਉਹਨਾਂ ਦੀ ਯਾਦ ਦੇ ਵਿੱਚ ਹਰਮਨ ਕਨੇਡਾ, ਔਰ ਇਹਨਾਂ ਭਰਾਵਾਂ ਵੱਲੋਂ ਮੇਰੇ ਵੀਰੋ ਤੇ ਜੋਬਨ ਫੌਜੀ ਦੇ ਸੇਠੀ ਸਾਊਦੀ ਅਰਬ, ਇਹਨਾਂ ਵੱਲੋਂ
ਅਰਸ਼ਦੀਪ ਬਿੱਲਾ ਯੂਐਸਏ, ਅਰਸ਼ਦੀਪ ਦੁਬਈ ਤੇ ਗੋਪੀ ਦੇ ਤਿੰਨ ਜਫੇ 5,500 ਰੁਪਏ ਦੇ ਹੋਣਗੇ ਮੇਰੇ ਪੁੱਤਰੋ। ਇਹ ਮਾਣ ਉਧਰ ਚੋਟੀ ਦਾ ਮੈਚ ਹੈ ਸਾਡੇ ਪ੍ਰਭਦੀਪ ਕਨੇਡਾ ਮੇਰੇ ਵੀਰਿਓ ਉਹਨਾਂ ਵੱਲੋਂ 5,500 ਤੇ ਸਤਿੰਦਰ ਪਾਲ ਸਿੰਘ ਜੀ ਯੂਰਪ ਤੇ ਗੁਰਪ੍ਰੀਤ ਯੂਰਪ ਸਾਬਕਾ ਸਰਪੰਚ ਸਾਡੇ ਜਗਿੰਦਰ ਸਿੰਘ ਜੀ ਉਹਨਾਂ ਵੱਲੋਂ ਵੱਡੇ ਮਾਣ ਸਤਿਕਾਰ ਪਿਆਰ ਜਿਹੜੇ ਆ ਅੱਜ ਇਸ ਧਰਤੀ ਦੇ ਦਿੱਤੇ ਜਾ ਰਹੇ ਆ। ਆ ਰੌਣਕਾਂ ਲੱਗੀਆਂ ਹੋਈਆਂ ਸਾਬਾ ਕੀੜੀ ਫਗਾਨੇ ਵਾਲਾ ਤੇ ਪੰਘਾਲੇ ਵਾਲਾ ਸੁੱਖ ਆ ਟੱਕਰ ਤੇ ਚੱਕਰ ਕਬੱਡੀ 'ਚ ਕਿਤੇ 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 ਦੇਖਣ ਨੂੰ ਮਿਲਦੇ ਆ। ਹਟ ਜਾ ਪਿੱਛੇ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਪਰ ਦੱਬਦਾ ਕਿੱਥੇ ਹੈ ਆ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ। ਸਾਬਾ ਕੀੜੀ ਫਗਾਨੇ ਵਾਲਾ ਸਾਂਦਰ ਪੁਆਇੰਟ ਆਪਣੀ ਟੀਮ ਲਈ ਜੋੜਦਾ ਹੋਇਆ ਇੰਦਰਜੀਤ ਤਿਆਰ ਪਰ ਤਿਆਰ ਹੈ ਆ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ 28 ਜੂਨ ਨੂੰ ਗੁਰਦੁਆਰਾ ਭਾਈ ਸੂਰਾ ਕਮਲੀ ਲਾਲ ਵਾਲਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਤੇ ਰਾਣੇ ਭਰਾ ਵੱਲੋਂ ਖੁੱਲੇ ਸੱਦੇ ਨੇ ਆ 28 ਜੂਨ ਗੁਰਦੁਆਰਾ ਭਾਈ ਸੂਰਾ ਮਾਲੇਵਾਲ ਵੱਡਾ ਕਬੱਡੀ ਕੱਪ ਮੇਰੇ ਵੀਰੇ ਉਹ ਕਨੇਡਾ ਤੋਂ ਕਮਲੀ ਲਾਲ ਵਾਲੇ ਵਾਲਾ ਸੱਦੇ ਪੱਤਰ ਦੇ ਰਿਹਾ ਕਨੇਡਾ ਖੇਡ ਰਿਹਾ ਮੇਰੇ ਵੀਰੋ ਕਮਲੀ ਲਾਲ ਵਾਲੇ ਵਾਲਾ ਮਾਣ ਕਰਦਾ ਆਂਦਾ ਦੁਨੀਆ ਦੇ ਸਟਾਰ ਖੇਡਣਗੇ ਪਰ ਰੇਡ ਪਾਉਣ ਦੇ ਲਈ ਆ ਗਿਆ ਦੀਪ ਤਿਆਰ ਪਰ ਤਿਆਰ ਹੈ ਸਾਹਮਣੇ ਦੀਪ ਦੀ ਕਬੱਡੀ ਕਬੱਡੀ ਦੀਪ ਦੀ ਸੁਣੋ 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 ਉਧਰ ਸਾਡੇ ਵੀਰ ਆਖਦੇ ਵੀ ਜੇ ਗੋਪੀ ਦੀ ਟੀਮ ਜਿੱਤਦੀ ਆ ਅਰਸ਼ਦੀਪ ਯੂਐਸਏ ਅਰਸ਼ਦੀਪ ਦੁਬਈ ਤੇ ਗਗਨ ਜੁਕੇ ਆਖਦੇ ਵੀ 11,000 ਰੁਪਇਆ ਐਕਸਟਰਾ ਦਿੱਤੇ ਜਾਵੇਗਾ ਜੇ ਫਰੰਦੀਪੋ ਦੀ ਟੀਮ ਜਿੱਤਦੀ ਆ ਤੇ 11,000 ਦਿੱਤਾ ਜਾਵੇਗਾ ਅਰਸ਼ਦੀਪ ਯੂਐਸਏ ਅਰਸ਼ਦੀਪ ਦੁਬਈ ਤੇ ਗਗਨ ਜੁਕੇ ਵਾਲੇ ਭਰਾਵਾਂ ਦੇ ਵੱਲੋਂ ਵੱਡੇ ਪਿਆਰ ਵੱਡੇ ਮਾਣ ਹੋਣਗੇ। ਪਾਣੀ ਗਰਾਊਂਡ ਦੇ ਵਿੱਚ ਪੁੱਜਦਾ ਕਰਦੀ ਹੈ ਯਾਦਵਿੰਦਰ ਸਿੰਘ ਜੀ ਢਿੱਲੋ ਸਾਹਿਬ ਮੇਰੇ ਵੀਰੋ ਰੀਡਰ ਨੇ ਪੰਜਾਬ ਪੁਲਿਸ ਦੇ ਵਿੱਚ ਵੱਡੀ ਜ਼ਿੰਮੇਵਾਰੀ ਅੱਜ ਭਰਾਵਾਂ ਦੀ ਹੈ ਵੱਡੇ ਪਿਆਰ ਦਿੱਤੇ ਜਾ ਰਿਹਾ ਕਬੱਡੀ ਨੂੰ ਵੱਡਾ ਮਾਣ ਦਿੱਤਾ ਜਾ ਰਿਹਾ ਜਿਸ ਧਰਤੀ ਦੀ ਕਬੱਡੀ ਨੂੰ ਮੇਰੇ ਵੀਰੋ ਉੱਧਰ ਮੱਸਾ ਸਿੰਘ ਅਰਜਨ ਮਾਂਗੇ ਵਾਲਾ ਮੇਰੇ ਵੀਰੋ ਰਣਜੀਤ ਰਾਣੇ ਦੇ ਮਾਮੇ ਦਾ ਪੁੱਤ ਭਰਾ ਉਹ ਵੀ ਪਹੁੰਚਿਆ ਹੋਇਆ ਤੇ ਸਾਹਮਣੇ ਸੁਰ ਸਿੰਘ ਦੀ ਧਰਤੀ ਦਾ ਮੇਰੇ ਵੀਰੋ ਆਹ ਦੁਨੀਆ ਦੇ ਚੋਟੀ ਦੇ ਸਟਾਰਾਂ ਦੇ ਵਿੱਚ ਨਾ ਵੱਡਾ ਇੱਕ ਪਾਸੇ ਧਾਵੀ ਹੈ ਦੂਜੇ ਪਾਸੇ ਯਾਫੀ ਹੈ ਪਰ ਲੱਗਦਾ ਯੋਰ ਇੱਕ ਪਾਸੇ ਆ ਸੀ ਮੇਰੇ ਵੀਰਿਓ ਮਲਕੀਤ ਪਰ ਨਾ ਹੀ ਜੱਫਾ ਲਾ ਸਕਿਆ ਸੁਰ ਸਿੰਘ ਵਾਲੇ ਨੇ ਲੱਖਾਂ ਵਰਗਾ ਪੁਆਇੰਟ ਆਪਣੀ ਟੀਮ ਲਈ ਜੋੜਤਾ ਭੰਗਵਾਂ ਵਾਲਾ ਬਿੱਕਾ ਆ ਗਿਆ ਆ ਰੇਡ ਪਾਉਣ ਦੇ ਲਈ ਭੰਗਵਾਂ ਵਾਲੇ ਬਿੱਕੇ ਨੇ ਥਾਪੀ ਮਾਰੀ ਹੈ ਫਰੰਦੀਪੁਰੀਆ ਗੋਪੀ ਇੱਕ ਕੰਨੀ ਦੀ ਹੈ ਆ ਦੂਜੀ ਕੰਨੀ ਦੇ ਮੇਰੇ ਵੀਰਿਓ ਬੱਬਾ ਸੁਰ ਸਿੰਘ ਦੀ ਧਰਤੀ ਦਾ ਨਾਲ ਚੋਲੇ ਵਾਲਾ ਜੱਗੂ ਆ ਆ ਦੁਨੀਆ ਦੀ ਮੰਨੀ ਪ੍ਰਮੰਨੀ ਚੈਣ ਤੇ ਫਰੰਦੀਪੁਰੀਆ ਇਹ ਗੋਪੀ ਹੈ ਇਹ ਹਿਮਾਲਿਆ ਪਰਬਤ ਸਰਦਾਰ ਸਰਦੂਲ ਸਿੰਘ ਮੱਲੀ ਦਾ ਪੁੱਤ ਆ ਬੱਲੇ ਬੱਲੇ ਕਰਵਾ ਗਿਆ ਗਗਨ ਯੂਕੇ ਵੱਲੋਂ 11,000 ਇੱਕ ਹੋ ਗਿਆ ਤੇ ਦੋ ਲਾਉਣੇ ਬਾਕੀ ਹੈ ਦੋ ਹੋ ਗਏ ਇੱਕ ਲਾਉਣਾ ਬਾਕੀ ਹੈ ਇੱਕ ਲਾਉਣਾ ਬਾਕੀ ਆ ਮੇਰੇ ਵੀਰਿਓ ਦੋ ਲੱਗ ਗਏ ਇੱਕ ਲਾਉਣਾ ਬਾਕੀ ਹੈ ਇੱਕ ਬਾਕੀ ਹੈ ਜੀ ਠੀਕ ਆ ਜੀ
ਠੀਕ ਹੈ, ਇੱਕ ਲਾਉਣਾ ਬਾਕੀ ਹੈ। ਗਗਨ ਜੂਕੇ ਵੱਲੋਂ 11,000 ਦਿੱਤਾ ਜਾਣਾ। ਫਰਨਦੀਪ ਪ੍ਰਿਆ 11,000 ਤੇ ਮੋਹਰ ਲੱਗ ਗਈ ਹੈ, ਆਹ 11,000 ਤੇ ਮੋਹਰ ਲੱਗ ਗਈ ਹੈ। ਕੀਪਾ ਆ ਗਿਆ ਤਿੰਮੋਵਾਲ ਦੀ ਧਰਤੀ ਦਾ, ਆਹ ਘੁੰਮਦੀ ਹੋਈ ਚੈਣ, ਚਾਰੇ ਗੱਭਰੂ ਤਿਆਰੀ ਦੇ ਵਿੱਚ, ਬਹੁਤੀ ਬਣੀ ਹੋਈ ਸੋਹਣੀ ਚੈਣ ਦੇ ਵਿੱਚੋਂ ਫਰਨਦੀਪ ਪ੍ਰਿਆ ਗੋਪੀ ਖੜ ਗਿਆ ਚੀਣ ਦੀ ਕੰਧ ਬਣ ਕੇ। ਕੌਣ ਗੁੱਟ ਫੜਦਾ ਪਰ ਫਰਨਦੀਪ ਪ੍ਰਿਆ ਗੋਪੀ ਤੇ ਕੀਪਾ ਕੀਪਾ ਤਿੰਮੋ ਵਾਲੀਆਂ ਲੱਖੇ ਜੰਗ ਦਾ ਵਾਧਾ ਕਰਨ ਦੇ ਵਿੱਚ ਕਾਮਯਾਬ ਹੋ ਗਿਆ ਏ। ਉੱਧਰ ਸਾਡਾ ਵੀਰ ਅਰਸ਼ਦੀਪ ਸਿੰਘ ਜੀ ਯੂਐਸਏ ਤੋਂ, ਜਿਹਦੇ ਭਰਾ ਦੇ ਵੱਲੋਂ ਇੱਕ ਲਗਭਗ 1,00,000 ਰੁਪਏ ਦੇ ਵੱਡੇ ਸਹਿਯੋਗ ਪਹੁੰਚੇ ਨੇ। ਵੀਰ ਮਾਝਾ ਕਬੱਡੀ ਟੀਮ ਉੱਪਰ ਲਾਈਵ ਜੁੜੇ ਹੋਇਆ, ਉਸ ਭਰਾ ਦਾ ਵੀ ਬਹੁਤ ਬਹੁਤ ਧੰਨਵਾਦ ਕੀਤਾ ਜਾ ਰਿਹਾ ਅਰਸ਼ਦੀਪ ਯੂਐਸਏ ਤੋਂ, ਜਿਸ ਭਰਾ ਦੇ ਵੱਲੋਂ 1,00,000 ਰੁਪਏ ਦੇ ਵੱਡੇ ਮਾਣ ਪਹੁੰਚੇ ਨੇ। ਸੋਸ ਤੌਰ ਤੇ ਧੰਨਵਾਦ ਆ। ਲੱਖਾਂ ਲੈਟ ਐਂਡ ਸਾਊਂਡ ਸਾਡਾ ਵੀਰ, ਬਹੁਤ ਪਿਆਰੀ ਸਾਊਂਡ ਆ ਤਰਸਿੱਕੇ ਵਾਲੇ ਭਰਾ ਦੀ। ਆਹ ਦੇਖਿਆ ਪਰ ਗਰਾਊਂਡ ਮੈਸਮਪੁਰ ਦੀ ਇੰਦਰਜੀਤ ਦੀ ਕਬੱਡੀ ਤੇ, ਮੈਨੂੰ ਲੱਗਦਾ ਕਿਹੜਾ ਨੌਜਵਾਨ ਬੱਲੇ ਬੱਲੇ ਕਰਾਉਂਦਾ ਹੈ ਰਤਨਗੜੀਆ। ਆਹ ਰਤਨਗੜੀਆ ਬੱਲੇ ਬੱਲੇ ਕਰਾ ਗਿਆ ਮੁੰਡੇ ਨੇ, ਸਾਰੇ ਰਾਹ ਬੰਦ ਕਰਤੇ ਮੇਰੇ ਮਿੱਤਰੋ ਕਿ ਇੱਕੋ ਹੀ 13,00,000 ਵਰਗਾ, ਬਾਕੀ ਮੋੜ ਕੇ ਜੇਬ ਵਿੱਚ ਪਾ ਲਾ, ਇੱਕੋ ਹੀ 13,00,000 ਵਰਗਾ। ਅਗਲੀ ਰੇਲ ਮੌਲੀ ਸਾਬਾ ਕੀੜੀ ਫਗਾਨੇ ਕੀੜੀ ਫਗਾਨੇ ਵਾਲਾ ਸਾਬਾ ਤਿਆਰ ਬਰ ਤਿਆਰ ਹੈ, ਬਹੁਤ ਹੀ ਬਣੀ ਹੋਈ ਸੋਹਣੀ ਚੈਨ ਹੈ। ਵਕੀਲ ਬਣਨਾ ਹੋਵੇ ਨਾ ਟਰੱਕ ਕਿਤਾਬਾਂ ਦਾ ਪੜ੍ਹਨਾ ਪੈਂਦਾ ਹੈ, ਭਲਵਾਨ ਬਣਨਾ ਹੋਵੇ ਦੋ ਟਰੱਕ ਖੁਰਾਕ ਦੇ ਖਾਣੇ ਪੈਂਦੇ ਆ, ਪਰ ਲੱਗਦਾ ਯੋਰ ਇੱਕ ਪਾਸੇ ਚੋਲੇ ਵਾਲਾ ਚੋਲੇ ਵਾਲਾ ਚੋਲੇ ਵਾਲਾ ਜੱਗੂ, ਪਰ ਪੁਆਇੰਟ ਰੇਡਰ ਦੇ ਹਿੱਸੇ ਢਾਬੀ ਦੇ ਹਿੱਸੇ ਜੁੜਦਾ ਹੋਇਆ ਰੇਡ ਪਾਉਣ ਦੇ ਲਈ ਮੁੰਡਾ ਤਿਆਰ ਬਰ ਤਿਆਰ ਹੈ। ਹਰ ਰੇਡ ਬੋਲੀ ਗੱਭਰੂ ਤਿਆਰ ਬਰ ਤਿਆਰ ਹੈ, ਜਿਹੜਾ ਮੈਸਪੁਰ ਜਾਂ ਸੁਖੇੜ ਦੀ ਟੀਮ ਨੂੰ ਸਾਡਾ ਵੱਡਾ ਪ੍ਰਮੋਟਰ ਬਾਊ ਯੂਐਸਏ ਤੋਂ ਲਾਈਵ ਜਿਹੜਾ ਹੋਇਆ, ਉਸਦਾ ਵੀ ਬਹੁਤ ਬਹੁਤ ਧੰਨਵਾਦ। ਵੱਡਾ ਪ੍ਰਮੋਟਰ ਅਮਰੀਕਾ ਤੋਂ ਸਾਡਾ ਵੀਰ ਬਾਊ ਯੂਐਸਏ ਵਾਲਾ ਲਾਈਵ ਜਿਹੜਾ ਹੈ, ਵਿਸ਼ੇਸ਼ ਤੌਰ ਤੇ ਧੰਨਵਾਦ ਆ। ਜਿਹੜੀ ਮੈਸਪੁਰ ਚਾਹੇ ਜਲਾਲ ਦੀ ਟੀਮ ਨੂੰ ਵੱਡਾ ਪ੍ਰਮੋਟਰ ਸਾਡਾ ਵੀਰ, ਧੰਨਵਾਦ ਕੀਤਾ ਜਾ ਰਿਹਾ ਹੈ। ਪਰ ਆਹ ਦੇਖਾਂਗੇ ਰਸਾਲ ਸਿੰਘ ਸਾਲੂ ਮੇਰੇ ਮਿੱਤਰੋ, ਆਹ ਕਰਦਾ ਕੋਸ਼ਿਸ਼, ਪਰ ਆਓ ਦੇਖਾਂਗੇ ਮੁੰਡਾ ਇਸ ਵੇਲੇ ਬੱਲੇ ਬੱਲੇ ਕਰਾਉਣ ਦੇ ਵਿੱਚ ਕਾਮਯਾਬ ਹੋ ਗਿਆ। ਤਕੜਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਅਰਸ਼ਦੀਪ ਯੂਐਸਏ, ਅਰਸ਼ਦੀਪ ਡਬਈ ਗਗਨ ਜੁਕੀ ਵਾਲਾ ਭਰਾ ਖਦਾ, ਵੀ ਜੇ ਫਰਨਦੀਪੁਰ ਦੀ ਟੀਮ ਜਿੱਤਦੀ ਆ ਤੇ 11,000 ਦਿੱਤਾ ਜਾਊ ਮੇਰੇ ਮਿੱਤਰੋ। ਪਰ ਆਓ ਦੇਖਾਂਗੇ ਸ਼ਿਕਾਰਾਂ ਵਾਲਾ ਦੀਪ ਫਰਨਦੀਪੁਰੀਆ ਗੋਪੀ ਦੁਨੀਆ ਦਾ ਵੱਡਾ ਮਲ, ਪਰ ਆਹ ਦੇਖਾਂਗੇ ਇਸ ਵੇਲੇ ਦੀਪ ਚੌਤਰੇ ਵਾਲੇ ਕੱਦੇ ਦੀਆਂ, ਚੌਤਰੇ ਵਾਲੇ ਕੱਦੇ ਦੀ ਰੇਟ ਤੇ 500 ਰੁਪਇਆ ਹੋਵੇਗਾ ਮੇਰੇ ਵੀਰੋ। ਲੱਕੀ ਫੌਜੀ ਠੁੱਡੀ ਪੈਂਦਾ ਮੇਰੇ ਵੀਰੋ ਤੇ ਚੌਤਰੇ ਵਾਲੇ ਕੱਦੇ ਦੀ ਰੇਟ 500 ਦੀ ਹੋਵੇਗੀ ਮੇਰੇ ਵੀਰੋ। ਇੱਕ ਰੇਟ 500 ਦੀ ਲੱਕੀ ਫੌਜੀ ਠੁੱਡੀ ਪਿੰਡ ਵਾਲਾ ਸਾਡਾ ਭਰਾ ਤੇ ਮਾਣ ਕਰਦਾ 18 ਤੇ 19 ਜੂਨ ਨੂੰ। ਆਹ ਭਰਾ ਦੇ ਪਿੰਡ ਵੀ ਇਸੇ ਤਰ੍ਹਾਂ ਡਾਂ ਖੜਕਣੀ ਹੈ, ਪਰ ਸਾਹਮਣੇ ਸੁਰ ਸਿੰਘ ਦੀ ਧਰਤੀ ਦਾ ਲੱਖਾਂ ਵਰਗਾ ਪੁਆਇੰਟ ਆਪਣੀ ਟੀਮ ਫਰੰਦੀਪੁਰ ਦੇ ਲਈ ਇੱਕ ਅੰਕ ਦਾ ਵਾਧਾ ਕਰ ਦਿੱਤਾ ਹੈ। ਭੰਗਮਾ ਵਾਲਾ ਬਿੱਕਾ ਰੇਡ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ ਭੰਗਮਾ ਵਾਲਾ ਬਿੱਕਾ। ਉੱਧਰ ਅੰਮ੍ਰਿਤਪਾਲ ਮੱਤਾ, ਵਰਿੰਦਰ ਕਨੇਡਾ, ਹਰਕਿਰਤ ਢਿੱਲੋਂ ਕਨੇਡਾ ਮੇਰੇ ਵੀਰੋ ਤੇ ਯਰਮਨ ਢਿੱਲੋਂ ਨੇਵੀ, ਸਵਰਗਵਾਸੀ ਗੁਰਪਿੰਦਰ ਢਿੱਲੋਂ ਹਰਮਨ ਕਨੇਡਾ, ਔਰ ਜੇਤੂ ਟੀਮ ਦੇ ਲਈ ਯੋਵਨ ਫੌਜੀ ਦੇ ਸੇਠੀ ਸਾਊਦੀ ਅਰਬ। ਇਹ ਕਹਿੰਦੇ 11,000 ਕਰ ਦਿਓ, ਪਰ ਸਾਹਮਣੇ ਭੰਗਮਾ ਵਾਲਾ ਬਿੱਕਾ ਜੱਗੂ ਚੋਲਿਆਂ ਨੇ ਟੱਕਰ ਲੈ ਕੇ ਲੱਖੇ ਜੰਗ ਦਾ ਵਾਧਾ ਕਰ ਗਏ। ਉੱਧਰ ਅਰਸ਼ਦੀਪ ਯੂਐਸਏ, ਅਰਸ਼ਦੀਪ ਡਬਈ ਗਗਨ ਜੂਕੇ
ਗੋਪੀ ਦੀਆਂ ਤਿੰਨਾਂ ਜਾਫਿਆਂ ਤੇ ਕਹਿੰਦੇ 11,000 ਦਿੱਤਾ ਜਾਊ ਮੇਰੇ ਮਿੱਤਰੋ। ਆਓ ਵੱਡੀਆਂ ਗੱਲਾਂ ਹੋਣ ਗਏ ਸਾਡੇ ਭਰਾ ਆਖਦੇ ਆ ਹੁਣ 11,000 ਕਰ ਦਿਓ। ਆਓ ਦੇਖਾਂਗੇ ਸਾਹਮਣੇ ਪਾਸੇ ਨੌਜਵਾਨ ਅਜਮੇਰ ਖਜਾਲੇ ਵਾਲਾ ਤੇ ਇਧਰਲੇ ਪਾਸੇ ਹਿੰਦ ਲੱਖੇ ਜੰਗ ਦਾ ਵਾਧਾ ਕਰਕੇ ਤਕੜਾ ਮੁਕਾਬਲਾ ਖੇਡਿਆ ਜਾ ਰਿਹਾ। ਕੁੰਡੀਆਂ ਦੇ ਸਿੰਘ ਫਸੇ ਹੋਏ ਮੇਰੇ ਮਿੱਤਰੋ ਕਿ ਮੈਸਲਪੁਰ ਵਾਲੇ ਕੀ ਹਾਲ ਚਾਲ ਆ, ਆਇਆ ਸਵਾਦ ਤੇ ਕਰੀ ਲਲਕਾਰਾ ਜਿਹਾ ਮਾਰ ਕੇ ਦੱਸ ਦਿਓ ਕਿ ਪਤਾ ਲੱਗ ਜਾਏ ਮੈਸਲਪੁਰ ਆਹ ਮੇਲਾ ਚੱਲਦਾ ਮੇਰੇ ਮਿੱਤਰੋ। ਅਗਲੀ ਕਬੱਡੀ ਪੌਲੀ ਦੀਪ ਕਿ ਜੰਗ ਲੜੀ ਜਾਂ ਮੋਰਚਾ ਪਿਆ ਲਾਉਣਾ, ਸਦਾ ਸਿੰਘਾਂ ਦੇ ਖੂਨ ਨਾਲ ਚੱਠ ਕੀਤੀ ਢਾਏ ਕੁੱਲ ਸਰਕਾਰਾਂ ਨੇ ਜ਼ੁਲਮ ਢਾਏ ਸਾਡੇ ਨਾਲ, ਦੱਸੋ ਕਿੰਨੇ ਘੱਟ ਕੀਤੀ ਮਾਸ ਸਾਡਾ ਜਮੂਰਾਂ ਨਾਲ ਤੋੜ ਖਾਧਾ ਜਿੰਨੇ ਪੀਤੀ ਬਸ ਕੀਤੀ। ਆਹ ਮੱਖਣ ਬਰਾੜਾ ਖਾਲਸੇ ਨੇ ਕਦੇ ਬਖਸ਼ਿਆ ਨਹੀਂ, ਹਰਿਮੰਦਰ ਸਾਹਿਬ ਵੱਲ ਜਿੰਨੇ ਵੈਲੀ ਅੱਖ ਕੀਤੀ ਲੱਖਾਂ ਵਰਗਾ ਪੁਆਇੰਟ। ਸਰੰਦੀ ਪ੍ਰੀਏ ਗੋਪੀ ਦਾ ਇੱਕ ਜਫਾ ਰਹਿ ਗਿਆ, ਸਰੰਦੀ ਪ੍ਰੀਆ 5500 ਪਹਿਲਾਂ ਲੱਗਾ ਸੀ ਤੇ 5500 ਗਗਨ ਨੇ ਕਰਕੇ ਟੋਟਲ ਦੋਨਾਂ ਔਰ 11,000 ਕਰ ਦਿੱਤਾ ਹੈ, ਔਰ 11,000 ਕਰ ਦਿੱਤਾ ਹੈ ਤੇਜਪਾਲ ਸੁਰ ਸਿੰਘ ਦੀ ਧਰਤੀ ਦਾ। ਆ ਕਬੱਡੀ 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 ਕਰਦਾ ਹੋਇਆ ਹਸੈਨ ਗੁੱਜਰ, ਹਸੈਨ ਗੁੱਜਰ ਹੁਣ ਨਹੀਂ ਛੱਡਣਾ ਪਾਤਾ ਨਾਗ ਵੱਲ, ਆ ਕੀਲ ਕੇ ਪਟਾਰੀ ਵਿੱਚ ਪਾ ਲਿਆ ਤਬੀਤਾ ਵਾਲਿਆ। ਓਏ ਅੱਜ ਕੱਲ ਮਿਲਦਾ ਹੀ ਨਹੀਂ, ਉਧਰ ਸਾਡੇ ਵੀਰ ਆਖਦੇ ਆ ਗੁਰੂ ਘਰ ਦੇ ਵਜ਼ੀਰ ਕਿ 28 ਤਰੀਕ ਨੂੰ ਗੁਰਦੁਆਰਾ ਚੇਲੇਆਣਾ ਸਾਹਿਬ ਵਿੱਚ ਵੀ ਵੱਡੀਆਂ ਰੌਣਕਾਂ ਲੱਗਣਗੀਆਂ, ਧਾਰਮਿਕ ਸਲਾਨਾ ਜੋੜ ਮੇਲਾ ਹੋਊ ਬਾਬਾ ਜੱਸਾ ਸਿੰਘ ਦੀ ਯਾਦ ਦੇ ਵਿੱਚ ਤੇ ਸ਼ਾਮ ਨੂੰ ਮਾਝਾ ਘਰਿਆਲਾ ਤੇ ਬਾਬਾ ਨਾਮਦੇਵ ਕਬੱਡੀ ਕਲੱਬ ਘੁਮਾਣ ਦੇ ਦਰਮਿਆਨ ਬਹੁਤ ਵੱਡਾ ਕਬੱਡੀ ਦਾ ਸ਼ੋਅ ਮੈਚ ਹੋਊਗਾ। ਸ਼ੇਅ ਤੌਰ ਤੇ ਸਾਰੀ ਸੰਗਤ ਨੇ ਉੱਥੇ ਵੀ ਹਾਜ਼ਰੀ ਭਰਨੀ ਆ। ਅੱਜ ਵੀ ਸੰਤ ਸਰ ਗੁਰਦੁਆਰਾ ਸਾਹਿਬ ਜਿੰਨੀ ਵੀ ਸੰਗਤ ਲਾਗਲੇ ਲਾਗਲੇ ਪਿੰਡਾਂ ਤੋਂ ਪਹੁੰਚੀ ਆ ਸਾਰੇ ਪ੍ਰਬੰਧਕ ਵੀਰਾਂ ਦੇ ਵੱਲੋਂ ਬਹੁਤ ਬਹੁਤ ਧੰਨਵਾਦ ਆ। ਪਰ ਪੌਧਰਲੇ ਪਾਸੇ ਸੁੱਖਾ ਭੰਗਾਲੇ ਵਾਲਾ, ਇੱਕ ਪਾਸੇ ਸਾਬਾ ਕੀੜੀ ਫਗਾਨੇ ਵਾਲਾ, ਪਰ ਫੈਸਲਾ ਆਓ ਦੇ ਦੇ ਵੀ ਸਾਹਮਣੇ ਸਾਹਮਣੇ ਔਲਖ ਸਾਹਿਬ ਕਰਨਗੇ ਅੰਕ ਫੈਸਲਾ ਧੀਰਾਲਖਰੀ ਫੈਸਲਾ ਕਰ ਗਏ ਇੱਕ ਧਾਰਮਿਕ ਖਾਤੇ ਚ ਜੋੜ ਦਿਓ। ਸਾਹਮਣੇ ਤੇਜਪਾਲ ਸੁਰ ਸਿੰਘ ਦੀ ਧਰਤੀ ਦਾ ਕਬੱਡੀ ਪਾ ਰਿਹਾ, ਚਾਰ ਯਾਫੀ ਨੇ ਇੱਕ ਕੰਨੀ ਦੇ ਰਤਨਗੜੀਆ ਸੁੱਟੀ ਆ ਮੇਰੇ ਵੀਰਿਓ, ਆ ਦੂਜੀ ਕੰਨੀ ਤੇ ਦੂਜੀ ਕੰਨੀ ਤੇ ਰਸਾਲ ਸਾਲੂ ਆ। ਮਾਪੇ ਜਨਮ ਦਿੰਦੇ ਆ ਕਰਮ ਰੱਬ ਦਿੰਦਾ, ਉੱਥੇ ਗੁਰੂ ਦਾ ਤੀਜਾ ਸਥਾਨ ਬਣਦਾ। ਇਹ ਰਸਾਲ ਸਾਲੂ ਆ, ਇਹ ਸਾਲੂ ਆ, ਇਹ ਸਾਲੂ ਆ, ਤਾੜੀਆਂ ਮਾਰ ਦੋ ਇਹਦਾ ਜੋੜ ਫੈਵੀ ਕੋਲਦਾ ਹੈ ਕਿ ਤੇਰੀਆਂ ਮੁਹੱਬਤਾਂ ਦਾ ਪਿਆਰ ਮੇਰੇ ਸਿਰ ਚੜ ਬੋਲਦਾ ਹੈ, ਤੇਰਾ ਮੇਰਾ ਪਿਆਰ ਪੈ ਗਿਆ ਜਿਵੇਂ ਜੋੜ ਪੱਕਾ ਫੈਵੀ ਕੋਲਦਾ ਕਿ ਤੇਰਾ ਮੇਰਾ ਪਿਆਰ ਪੈ ਗਿਆ। ਅੱਜ ਕੱਲ ਸੱਚਾ ਪਿਆਰ ਤੇ ਕਰਦਾ ਹੈ ਕੋਈ ਵੀ ਮੇਰੇ ਮਿੱਤਰੋ, ਪਰ ਉਹ ਦੇ ਵੀ ਸਾਹਮਣੇ ਪਾਸੇ ਸਾਲੂ ਨੇ ਬੱਲੇ ਬੱਲੇ ਕਰਾਤੀ ਆ। ਅੱਜ ਵੀ ਭਰਾ ਕਹਿੰਦੇ ਜਾਦਾ ਸਾਂਭੀ ਬੈਠਾ ਸਵਰਗਵਾਸੀ ਮੈਨੂੰ ਮਨਸਾਣੇ ਵਾਲੇ ਭਰਾ ਦੀਆਂ, ਪਰ ਉਹ ਕਬੱਡੀ ਪਾਉਣ ਲਈ ਦੇਖਾਂਗੇ ਭੰਗਵਾਂ ਵਾਲਾ ਪਿੱਕਾ ਮੇਰੇ ਮਿੱਤਰੋ ਤਿਆਰ ਬਰ ਤਿਆਰ ਆ। ਸਾਹਮਣੇ ਪਾਸੇ ਚਾਰ ਆ, ਚੌਵਾਂ ਦੇ ਵਿੱਚ ਮੇਰੇ ਮਿੱਤਰ ਦੇਖਾਂਗੇ ਅੱਚੀ ਉੱਪਲਾਂ ਵਾਲਾ ਦੁਨੀਆਂ ਦਾ ਵੱਡਾ ਮੱਲ ਫਰੰਦੀਪੁਰ ਦਾ। ਗੋਪੀ ਕਹਿੰਦਾ ਮੈਨੂੰ ਛੱਡੋ ਮੈਂ ਕਰਦਾ ਦੋ ਹੱਥ, ਪਰ ਆਓ ਦੇ ਵੀ ਭੰਗਵਾਂ ਵਾਲਾ ਪਿੱਕਾ ਇਸ ਵੇਲੇ ਬੱਲੇ ਬੱਲੇ ਕਰਾ ਗਿਆ ਖੇਡ ਗਰਾਊਂਡ ਦੇ ਵਿੱਚ। ਅਗਲੀ ਰੇਡ ਰਾਜੇ ਭਰਾ ਇੰਦਰਜੀਤ ਲਓ, ਸਾਹਮਣੇ ਇੰਦਰਜੀਤ ਰੇਡ ਪਾਉਣ ਦੇ ਲਈ ਤਿਆਰ ਬਰ ਤਿਆਰ ਆ। ਚਾਰ ਗੱਭਰੂ ਨੇ ਤਿਆਰੀ ਦੇ ਵਿੱਚ, ਕੌਣ ਗੁੱਟ ਫੜਦਾ ਹੈ ਕੌਣ ਲੱਤੀ ਲੱਗਦਾ ਹੈ, ਲਓ ਸਾਨੂੰ ਆਓ ਵੇਖਾਂਗੇ ਮਿੱਠੇ ਦੇ ਗੁਣਕਾਰੀ ਵਾਲੇ ਬੋਲ ਜਵਾਨਾਂ ਤੇ ਕੌਡੀ ਜਿੰਦ ਜਾਨ ਬਣਾ ਲਈ
ਵਾਂਗਰ ਕਾਨਾ ਦੇ ਆਈ ਤੇ ਆ ਜਾਣ ਮੂੰਹ ਮੋੜ ਦੇਣ ਤੂਫਾਨਾਂ ਦੇ ਕਿ ਡੌਲਿਆਂ ਉੱਤੇ ਚੱਲਦੀ ਵੇਖੀ ਆ ਚੱਲਦੀ ਵੇਖੀ ਰੇਲ ਜਵਾਨਾਂ ਦੇ ਕਿ ਡੌਲਿਆਂ ਉੱਤੇ ਚੱਲਦੀ ਵੇਖੀ ਰੇਲ ਜਵਾਨਾਂ ਦੇ ਅੱਜ ਰੇਲਾਂ ਚੱਲਦੀਆਂ ਦਿਖਾਈ ਦਿੰਦੀਆਂ ਮੰਗਲ ਸਿੰਘ ਦਾ ਦਿਲੋਂ ਧੰਨਵਾਦ ਉਹਨਾਂ ਦੀ ਸਾਰੀ ਪ੍ਰਬੰਧਕ ਕਮੇਟੀ ਦਾ ਦਿਲੋਂ ਧੰਨਵਾਦ ਵੱਡੇ ਰੋਲ ਸਾਹਮਣੇ ਰੇਲ ਦੀਪ ਦੀ ਆ ਇੱਕ ਪਾਸੇ ਜੱਗੂ ਤੇ ਦੂਜੇ ਪਾਸੇ ਭੰਗਾਲੇ ਵਾਲਾ ਸੁੱਖ ਸੁੱਖ ਸਾਰਾ ਟੱਬਰੀ ਪੈਣ ਵਰਗੀ ਗੱਲ ਕਿ ਬਿੰਦੂ ਵੀ ਪੈ ਗਈ ਤੇ ਸਿੰਧੂ ਵੀ ਪੈ ਗਈ ਉਹ ਪ੍ਰੀਤੋਂ ਹੱਸੀ ਜਾਂਦੀ ਆ ਆਹ ਦੇ ਵੀ ਸਾਹਮਣੇ ਪਾਸੇ ਅੰਕ ਇਸ ਵੇਲੇ ਸ਼ਿਕਾਰਾਂ ਵਾਲਾ ਦੀਪ ਆਪਣੀ ਟੀਮ ਦੇ ਖਾਤੇ 'ਚ ਜੋੜਨ 'ਚ ਕਿਤੇ ਕਾਮਯਾਬ ਹੋ ਗਏ ਤਕੜਾ ਮੁਕਾਬਲਾ ਖੇਡਿਆ ਜਾ ਰਿਹਾ ਖੇਡ ਗਰਾਊਂਡ ਦੇ ਵਿੱਚ ਕਿ ਬੱਲੀਏ ਬਣਾਂਗੇ ਝਾਂਜਰ ਤੇਰੀ ਨਾਲ ਨਾਲ ਤੇਰੇ ਤੁਰਨਾ ਜਾਂ ਮਿੱਤਰਾਂ ਨੇ ਕੋਕਾ ਬਣਨਾ ਜਾਂ ਬਣ ਜਾਣਾ ਸੁਰਮਾ ਜਾਂ ਫਿਰ ਪੱਕੇ ਬਣ ਕੇ ਰਵਾਂਗੇ ਆਹ ਕਾਲੀ ਤਰੀ ਦੇ ਬਣ ਕੇ ਹੁਣ ਤੈਨੂੰ ਟੱਕਰਾਂਗੇ ਅੱਜ ਤੈਨੂੰ ਟੱਕਰਾਂਗੇ ਪਰ ਪੁਆਇੰਟ ਰੇਡਰ ਦੇ ਸੇ ਔਰ ਬ੍ਰਹਮ ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਕਬੱਡੀ ਕਲੱਬ ਨਰਾਵਲ ਦੀ ਟੀਮ ਇਹ ਮੰਨੇ ਢਿੱਲੋਂ ਨੇ ਬਣਾਈ ਆ ਮੰਨੇ ਢਿੱਲੋਂ ਨੇ ਟੀਮ ਕਾਹਦੀ ਅੱਜ ਬੰਬੀ ਖੜਾ ਕੀਤਾ ਉਹ ਬੰਬੀ ਖੜਾ ਕੀਤਾ ਫਰਮਦੀਪੁਰੀਆ ਇੱਕ ਰਹਿ ਗਿਆ ਤੇ 1100 11000 11000 11000 ਕੀੜੀ ਬਗਾਨੇ ਵਾਲਾ ਸਾਬਾ ਤੇ ਫਰਮਦੀਪੁਰੀਆ ਗੋਪੀ ਆਹ ਵੇਖਾਂਗਾ ਹਿਮਾਲੀਆ ਪਰਬਤ ਡਿੱਗਦੀ ਢਹਿੰਦੀ ਪੈਂਦੀ ਤੇਰੀ ਹੂਰ ਨਾ ਮਾਰ ਜਾਲਮਾ ਆਪੇ ਕੇ ਤੱਤੜੀ ਦੇ ਦੂਰ ਨਾ ਮਾਰ ਜਾਲਮਾ ਆਪੇ ਕੇ ਤੱਤੜੀ ਦੇ ਦੂਰ ਪਰ ਸਾਬਾ ਕਹਿੰਦਾ ਬੰਦੇ ਅਸੀਂ ਵੀ ਕਿਸੇ ਦੇ ਨਾਲੋਂ ਘੱਟ ਨਹੀਂ ਤੂੰ ਜੱਜ ਮੂਹਰੇ ਮੁੱਕਰੀ ਨਾ ਬਸ ਮੁੱਲ ਪਿਆਰ ਦਾ ਵੋਟ ਦੇ ਜੱਟ ਨਹੀਂ ਆਹ ਸਾਬਾ ਲੱਕੇ ਜੰਗ ਦਾ ਵਾਧਾ ਕਰਕੇ ਵੀ ਲੱਗਦਾ ਵੀ ਲਾਸਟ ਕਬੱਡੀ ਅੱਜ ਦੇ ਇਸ ਮੈਚ ਦੀ ਆ ਲਾ ਵੀ ਮੰਨਾ ਢਿੱਲੋ ਅੱਜ ਭਰਾ ਦੀ ਅੱਡੀ ਪੁੰਝੇ ਨਹੀਂ ਲੱਗਦੀ ਵੱਡਾ ਰੋਲ ਹੈ ਢਿੱਲੋਂ ਧੰਨਵਾਦ ਹੈ ਉੱਧਰ ਯਾਦਵਿੰਦਰ ਢਿੱਲੋਂ ਸਾਡੇ ਲੀਡਰ ਸਾਹਿਬ ਪੰਜਾਬ ਪੁਲਿਸ ਅੰਮ੍ਰਿਤਸਰ ਵੱਡਾ ਰੋਲ ਭਰਾ ਦਾ ਆਪਾਂ ਢਿੱਲੋਂ ਧੰਨਵਾਦ ਕਰਾਂਗੇ ਸਾਰੀ ਪ੍ਰਬੰਧਕ ਦਾ ਪ੍ਰਭਦੀਪ ਕਨੇਡਾ ਜਿਨ੍ਹਾਂ ਵੱਲੋਂ ਜੇਤੂ ਟੀਮ ਦੇ ਲਈ 5100 ਤੇ ਸਾਡੇ ਔਰ ਮੇਰੇ ਵੀਰੋ ਸਤਿੰਦਰਪਾਲ ਸਿੰਘ ਜੀ ਯੌਰਬ ਤੇ ਗੁਰਪ੍ਰੀਤ ਸਿੰਘ ਜੀ ਔਰ ਯੌਰਬ ਸਾਬਕਾ ਸਰਪੰਚ ਜਗਿੰਦਰ ਸਿੰਘ ਜੀ ਉਹਨਾਂ ਵੱਲੋਂ 11000 ਰੁਪਇਆ ਜਿਹੜਾ ਜੇਤੂ ਟੀਮ ਦੇ ਲਈ ਦਿੱਤਾ ਜਾਣਾ ਸਾਡੇ ਅਰਸ਼ਦੀਪ USA ਔਰ ਜਿਹਨਾਂ ਵੱਲੋਂ 1,00,000 ਦਿੱਤਾ ਗਿਆ ਯਰਮਨਜੀਤ ਸਿੰਘ ਜੀ ਪੁਰਤਗਾਲ ਤੇ ਕਰਮਜੀਤ ਸਿੰਘ ਜੀ USA ਸਾਬਕਾ ਸਰਪੰਚ ਬਲਵਿੰਦਰ ਸਿੰਘ ਜੀ ਉਹਨਾਂ ਵੱਲੋਂ ਵੀ ਵੱਡੇ ਮਾਣ ਸਨਮਾਨ ਦਿੱਤੇ ਜਾਣੇ ਹੈ ਅੰਕਾਂ ਦਾ ਜਿਹੜਾ ਵੇਰਵਾ ਹੈ ਬ੍ਰਹਮ ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਜੀ ਕਬੱਡੀ ਕਲੱਬ ਨੜਾਵਾਲੀ ਦੇ 37 ਪੁਆਇੰਟ ਵਾ ਤੇ ਫਰੰਦੀਪੁਰ ਦੀ ਟੀਮ ਦੇ 28.5 ਪੁਆਇੰਟ ਵਾ ਬ੍ਰਹਮ ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਜੀ ਕਬੱਡੀ ਕਲੱਬ ਨੜਾਵਾਲ ਦੀ ਟੀਮ ਜਿਹੜੀ ਹੈ ਉਹ ਜੇਤੂ ਆ ਰਮਨ ਕਲੇਰ ਜੁਕੇ ਹੁਣਾਂ ਦੀ ਟੀਮ ਜੇਤੂ ਆ ਫਰੰਦੀਪੁਰ ਤੇ ਨੜਾਵਲ ਦਾ ਬਹੁਤ ਤਕੜਾ ਮੁਕਾਬਲਾ ਖੇਡਿਆ ਗਿਆ ਜਿਹਦੇ ਵਿੱਚ ਸੰਤ ਬਾਬਾ ਜਿਹੜੀ ਟੀਮ ਜਿੱਤੀ ਸੀ ਜਿੰਨਾ ਪੈਸੇ ਲਾਏ ਸੀ ਪ੍ਰਭਦੀਪ ਕਨੇਡਾ ਮੇਰੇ ਵੀਰੇ ਉਹ 5100 ਰੁਪਇਆ ਉਹਨਾਂ ਵੱਲੋਂ ਸੀ ਸਤਿੰਦਰਪਾਲ ਸਿੰਘ ਜੀ ਯੌਰਬ ਤੇ ਗੁਰਪ੍ਰੀਤ ਸਿੰਘ ਜੀ ਯੌਰਬ ਔਰ ਸਾਬਕਾ ਸਰਪੰਚ ਜਗਿੰਦਰ ਸਿੰਘ ਜੀ 11000 ਰੁਪਇਆ ਉਹਨਾਂ ਵੱਲੋਂ ਸੀ ਮੇਰੇ ਵੀਰੇ ਉਹ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਯਰਮਨਜੀਤ ਸਿੰਘ ਜੀ ਪੁਰਤਗਾਲ ਤੇ ਕਰਮਜੀਤ ਸਿੰਘ ਜੀ USA ਸਾਬਕਾ ਸਰਪੰਚ ਬਲਵਿੰਦਰ ਸਿੰਘ ਜੀ ਉਹਨਾਂ ਵੱਲੋਂ ਜਿਹੜਾ ਕਬੱਡੀ ਦੀ ਜਿੱਤਣ ਵਾਲੀ ਟੀਮ ਦੇ ਲਈ 21000 ਰੁਪਇਆ ਸੀ ਮੇਰੇ ਵੀਰੋ ਵੱਡੇ ਸਹਿਯੋਗ ਵੱਡੇ ਮਾਣ ਸਨਮਾਨ ਜਿਹੜੇ ਦਿੱਤੇ ਗਏ ਜੇਤੂ ਟੀਮ ਦੇ ਲਈ ਸੋ